जी अज हैगा 28वां चैप्टर लैटां वाला, उजो दी देले लूची, लैटां दी है ना किदां यूज करना है, ते होर कुछ आ जाऊगा। तो इस पहला तो आप वर्ड तीन वरतते हैं लैटां वास्ते, लूची तो चलो हैगा ही लैटां, फारी भी आ जाता कई थां ते आ जाता प्रोतोरी, तीन ची वर्ड आ जाते हैं, लूची दाना प्रोतोरी लिखा है, कितने फारी आ जाना कितने आ जाना लूची, तीनों आना लूची फारी प्रोतोरी, तीन चीजा आ जानी। तो ये आप लैटां जगानियां जगानियां, मतलब लाइट थोड़ी जगती है तो कोई माड़ी नहीं, बस ये सोच लो। मोटरसाइकिल तो 24 घंटे लाइट जगनी चाहिए, मोटरसाइकिल तो स्टार्ट हो गया जगनी चाहिए, केड़ी जगनी चाहिए है, आना बलियंते, वर्ड याद रखियो आना बलियंते, जड़िया थले नू पैंदियां है ना, जड़ी सामने पैंदियां अखां च ओह हुंदियां आ बलियंते, ओह तां आपां बहुत घट जगानियां, कदों जगानियां जदों कोई भी नहीं आंदा होगा उदों जगानियां, बस ये सोच लो है ना, जब लाइट है नहीं गी नेरा है सामने कोई नहीं आंदा उदों आ बलियंते जगानी, उदा जगानी नहीं। हाँ उदा कुछ होर हैगा लोड, जदों किसी नू आपां चेतावनी देनी होवे ना, कई बार किसी का कोई मान लो ताकी खुली है या कुछ होया तां लाइटां मार दिंदा, पर लाइटां क्यों मारदा, आ बलियंती मारदा हुंदा लाइटां, उह सिर्फ चेतावनी देण वास्ते हो सकदी है, ਜਾਂ ਸਾਹਮਣੋਂ ਕੋਈ ਨਹੀਂ ਆਉਂਦਾ ਦੋ ਤੇ ਆ ਬਲਿਆਂਤੀ ਦੀ ਲੋੜ ਘੱਟ ਹੈ, ਆਨਾ ਬਲਿਆਂਤੀ ਜਿਹੜੀ ਆ ਉਹ ਲਗਭਗ ਜਦੋਂ ਮਰਜ਼ੀ ਜਗਾ ਲਓ ਕੋਈ ਚੱਕਰ ਨਹੀਂ ਗਾ, ਬਾਕੀ ਜਗਣੀ ਚਾਹੀਦੀ ਸ਼ਹਿਰ ਦੇ ਵਿੱਚ ਵੀ, ਚਾਹੇ ਦਿਨੇ ਜਗੀਆਂ ਸ਼ਹਿਰ ਦੇ ਵਿੱਚ ਦਿਨੇ ਚਾਹੇ ਨਾ ਜਗਾਓ, ਕਿਹੜੀਆਂ ਆਨਾ ਬਲਿਆਂਤੀ, ਬਾਕੀ ਆਪਾਂ ਸਾਰਾ ਪੜਾਂਗੇ ਕਿਹੜੀ ਕਿਹੜੀ ਲਾਈਟਾਂ ਹੈ, ਮਾੜਾ ਜਿਹਾ ਤੁਹਾਨੂੰ ਮੈਂ ਦਿਖਾ ਦਵਾਂ ਜੀ, ਪਹਿਲਾਂ ਫੋਟੋ ਜੀ ਦਿਖਾਣਾ ਲਾਈਟਾਂ ਕਿਹੜੀ ਕਿਹੜੀਆਂ, ਕਈ ਵਾਰ ਭੁਲੇਖਾ ਜਿਹਾ ਲੱਗਦਾ ਰਹਿੰਦਾ, ਤੇ ਤੁਸੀਂ ਇੱਥੇ ਦੇਖੋ ਪਹਿਲਾਂ ਤਾਂ ਜਿੱਦਾਂ ਆ ਹੋ ਗਿਆ, ਇਹਨੂੰ ਆਪਾਂ ਕਰੂਸਕੋਤੋ ਕਹਿ ਦਿੰਦੇ ਹਾਂ ਨਾ, ਜਿਹੜਾ ਡੈਸ਼ਬੋਰਡ ਜਿਹਾ ਹੁੰਦਾ, ਇਹਦੇ ਵਿੱਚ ਸਾਰੀਆਂ ਪਤਾ ਲੱਗਦਾ ਕਿਹੜੀਆਂ ਲਾਈਟਾਂ ਜਗਦੀਆਂ, ਲਾਈਟਾਂ ਜਗਣੀਆਂ ਬਾਹਰ, ਪਰ ਸਾਨੂੰ ਇੱਥੋਂ ਪਤਾ ਲੱਗ ਜਾਣਾ ਕਿਹੜੀ ਲਾਈਟ ਜਗਦੀ ਪਈ ਹੈ। ਹੁਣ ਆਹ ਧੁੰਦ ਵਾਲੀ ਮੋਰਲੀ ਜਗਦੀ ਪਈ ਹੈ, ਆਹ ਧੁੰਦ ਵਾਲੀ ਪਿਛਲੀ ਜਗਦੀ, ਸਾਨੂੰ ਪਤਾ ਲੱਗ ਗਿਆ ਵੀ ਜਗ ਗਈ ਹੈ, ਬਟਨ ਕਮਾਂਡੋ ਉਹ ਅਲੱਗ ਘੁਮਾਉਣਾ ਪੈਣਾ, ਇੱਥੋਂ ਦੇਖਣਾ ਹੀ ਹੈ ਬਸ, ਆਹ ਬ੍ਰੇਕ ਹੈਂਡ ਬ੍ਰੇਕ ਲੱਗੀ, ਇਹਦਾ ਹੋ ਗਿਆ ਤਾਂ ਆਨਾ ਬਲਿਆਂਤੀ ਦਾ ਹੋਰ ਸਪੀਆ, ਇਹ ਸਪੀਏ ਹੁੰਦੇ ਜਿਹੜੇ ਆ ਜਗਦੇ ਵਿੱਚ, ਰੰਗਾਂ ਤੋਂ ਪਤਾ ਲੱਗ ਜਾਂਦਾ, ਜਿਹੜੇ ਲਾਲ ਰੰਗ ਦੇ ਹੁੰਦੇ ਜ਼ਿਆਦਾ ਖਤਰੇ ਵਾਲੇ ਹੁੰਦੇ ਆ, ਤੇ ਉਹ ਲਾਲ ਦੇ ਹੋਰ ਵੀ ਆਣੇ ਸਪੀਏ ਹੈ ਨਾ, ਅੰਦਰ ਜਗਦੇ ਸਾਨੂੰ ਪਤਾ ਲੱਗ ਗਿਆ ਬਾਹਰ ਕਿਹੜੀ ਲਾਈਟ ਜਗਦੀ ਹੈ, ਅਦਾ ਸਪੀਏ ਹੋ ਗਏ ਜਿਹੜੀ ਇਹਦੇ ਵਿੱਚ ਜਗਣੇ ਆ, ਠੀਕ ਹੈ, ਜਿਹੜੀਆਂ ਲਾਈਟਾਂ ਜਗਣੀਆਂ ਹੈ ਬਾਹਰ ਪਤਾ ਹੀ ਹੈ ਨਾ। ਤਾਂ ਆਹ ਪਹਿਲਾ ਪਹਿਲਾ ਹੈਗਾ, ਇਹ ਚੀਜ਼ ਆਪਾਂ ਸ਼ੁਰੂ ਕਰੀਏ, ਲੂਚੇ ਦੀ ਪੋਜੀਸੀਓਨੇ, ਸ਼ੁਰੂ ਕਰਦਾ ਮੈਂ ਇਹ, ਆਹ ਦੇਖੋ ਜਿੱਦਾਂ ਸਟਾਰਟ ਕੀਤੀ, ਇਹ ਤਾਂ ਹੋਰ ਫੋਟੋ ਆ ਗਈ ਕੋਈ, ਇੱਕ ਮਿੰਟ ਇੱਥੋਂ ਸ਼ੁਰੂ ਕਰਦੇ ਹਾਂ ਆਪਾਂ, ਪੀਏ ਨਾਮ ਤੋਂ ਮਾੜਾ ਮਾੜਾ ਦਿਖਾ ਦਿੰਦਾ, ਆਹ ਜਿਹੜੇ ਉੱਪਰ ਸਪੀਏ ਉਹ ਡੈਸ਼ਬੋਰਡ ਦੇ ਵਿੱਚ ਜਗਣੇ ਪਤਾ ਲੱਗ ਜਾਣਾ ਹੈ ਨਾ, ਗੱਡੀ ਜਿੱਦਾਂ ਆਪਾਂ ਸਟਾਰਟ ਕੀਤੀ ਉਸ ਤੋਂ ਬਾਅਦ ਆਪਾਂ ਜਦੋਂ ਪਹਿਲਾ ਬਟਨ ਘੁਮਾਵਾਂਗੇ ਇੱਦਾਂ ਲੂਚੇ ਦੀ ਪੋਜੀਸ਼ਨ ਉਹਨੇ ਜਗ ਜਾਣੀ ਹੈ, ਪਿੱਛੋਂ ਜਗ ਗਈ ਨਾ ਛੋਟੀ ਛੋਟੀ ਲਾਈਟਾਂ, ਠੀਕ ਹੈ, ਉਸ ਤੋਂ ਬਾਅਦ ਆਪਾਂ ਫਿਰ ਘੁਮਾਈ ਉਹ, ਫਿਰ ਥੋੜੀ ਜਿਹੀ ਲਾਈਟ ਵੱਧ ਗਈ, ਇਹ ਜਗ ਗਈਆਂ ਆਨਾ ਬਲਿਆਂਤੇ, ਇਹਦਾ ਸਪੀਆ ਹਰੇ ਰੰਗ ਦਾ ਜਗ ਜਾਣਾ ਗੱਡੀ ਦੇ ਵਿੱਚ, ਜਗ ਗਿਆ ਕਿਹੜੀਆਂ ਆਨਾ ਬਲਿਆਂਤੇ, ਲਾਈਟ ਵੱਧ ਗਈ ਪਰ ਥੱਲੇ ਨੂੰ ਪੈਂਦੀਆਂ ਅੱਖਾਂ ਚ ਨਹੀਂ ਪੈਂਦੀਆਂ, ਇਹ ਆਨਾ ਬਲਿਆਂਤੇ, ਫਿਰ ਆਨਾ ਬਲਿਆਂਤੇ ਤੋਂ ਬਾਅਦ ਅਸੀਂ ਸਾਹਮਣੋਂ ਕੋਈ ਨੀ ਆਉਂਦਾ, ਹਨੇਰਾ ਹੋ ਗਿਆ, ਸਾਹਮਣੋਂ ਕੋਈ ਨੀ ਆ ਰਹੀ, ਆ ਬਲਿਆਂਤੇ ਜਗਾਤੀਆਂ, ਇਹਦਾ ਸਪੀਆ ਨੀਲੇ ਰੰਗ ਦਾ ਦੇਖੋ ਸਿੱਧੀਆਂ ਸਾਹਮਣੇ ਪੈਂਦੀਆਂ ਪਈਆਂ, ਇਹ ਤੇਜ਼ ਲਾਈਟ ਹੋ ਗਈ, ਮੈਂ ਬੈਕ ਕਰਦਾ, ਇਹ ਆਨਾ ਬਲਿਆਂਤੇ ਹੈ, ਇਹੀ ਜਗਾ ਕੇ ਰੱਖਣੀ ਹੈ, ਆ ਬਲਿਆਂਤੇ ਤਾਂ ਸਿਰਫ ਜਦੋਂ ਸਾਹਮਣੋਂ ਕੋਈ ਨੀ ਆਊਗਾ ਫੇਰ ਹੀ ਜਗਾਣੀ ਹੈ, ਇਹ ਆ ਬਲਿਆਂਤੇ, ਠੀਕ ਹੈ ਨਾ, ਇੰਡੀਕੇਟਰ ਦੇਖਣ ਦੀ ਲੋੜ ਨਹੀਂ, ਉਹ ਤਾਂ ਇੱਕ ਇੱਕ ਟਿਕ ਟਿਕ ਕਰੀ ਜਾਣਾ, ਇੱਕ ਪਾਸੇ ਜਗਣਾ ਇੰਡੀਕੇਟਰ ਦੇ ਹੋਵੇ, ਆਹ ਕੁਆਤਰੋ ਫਰੇਚੇ ਹੋ ਗਏ ਆ, ਚਾਰੋਂ ਚਾਰੋਂ ਇੰਡੀਕੇਟਰ ਜਗਣ ਲੱਗ ਜੂਗੇ, ਇੰਡੀਕੇਟਰ ਦੇਖਣ ਦੀ ਮੇਰੇ ਹਿਸਾਬ ਨਾਲ ਕੋਈ ਲੋੜ ਨਹੀਂ ਹੈਗੀ, ਹੈ ਨਾ, ਇਹ ਇੰਡੀਕੇਟਰ ਦਾ ਵੀ ਹਰੇ ਰੰਗ ਦਾ ਹੁੰਦਾ, ਦੇਖੋ ਇਹ ਇੱਦਾਂ ਜਗੂਗਾ ਇੰਡੀਕੇਟਰ, ਇੰਡੀਕੇਟਰ ਦਾ ਅਲੱਗ ਹੋ ਗਿਆ, ਖੱਬੇ ਵਾਲਾ ਖੱਬੇ, ਸੱਜੇ ਵਾਲਾ ਸੱਜੇ, ਇੱਕ ਨਾਲ ਟਿਕ ਟਿਕ ਆਵਾਜ਼ ਆਉਣੀ, ਇਹ ਸਵਾਲ ਆਉਣਾ, ਆਹ ਧੁੰਦ ਦੀਆਂ ਲਾਈਟਾਂ ਜਿਹੜੀਆਂ ਦੋ ਹੈਗੀਆਂ, ਇਹ ਵੀ ਛੇ ਛੇ ਦਿਖਾ ਦਿੰਦਾ, ਇਹ ਆਹ ਇੰਡੀਕੇਟਰ ਜਗਦੇ ਪਏ ਹੈ, ਕੁਆਤਰੋ ਫਰੇਚੇ ਹੋ ਗਏ, ਆਹ ਧੁੰਦ ਦੀਆਂ ਮੋਰਲੀਆਂ ਥੱਲੇ ਨੂੰ ਪੈਂਦੀਆਂ, ਤਾਂ ਧਿਆਨ ਰੱਖ ਲਓ ਮੋਰਲੀਆਂ ਧੁੰਦ ਵਾਲੀਆਂ ਫੋਗ ਲਾਈਟ ਜਿਹਨੂੰ ਕਹਿੰਦੇ, ਸਵਾਲ ਆਉਂਦਾ ਵੀ ਜੇ ਗੱਡੀ 'ਚ ਹੈਗੀਆਂ ਤਾਂ ਜਗਾ ਲਓ, ਜਦੋਂ ਧੁੰਦ ਵਗੈਰਾ ਜਾਂ ਮੀਂਹ ਜ਼ਿਆਦਾ ਤਾਂ ਆਹ ਜਗਾ ਲਓ, ਇਹਦੇ ਨਾਲ ਗੱਡੀ ਦੀ ਵਿਜੀਬਿਲਿਟੀ ਵੱਧ ਜਾਂਦੀ ਹੈ, ਆਹ ਹੈਗੀਆਂ ਪਿਛਲੀਆਂ ਫੋਗ ਲਾਈਟਸ, ਇਹ ਆਹ ਪਿਛਲੀਆਂ ਧੁੰਦ ਵਾਲੀ ਹੋ ਗਈ, ਇਹ ਵੀ ਜਗਾ ਲਓ, ਜੇ ਕਹੋ ਜਗਾ ਲਓ ਤਾਂ ਜਗਾ ਲਓ, ਕੋਈ ਚੱਕਰ ਨਹੀਂ, ਮਾੜੀਆਂ ਨਹੀਂ ਜਗਦਾ ਕੋਈ ਮਾੜਾ ਨਹੀਂ, ਤਾਂ ਸਾਰਾ ਪਤਾ ਲੱਗ ਗਿਆ, ਆਹ ਲੂਚੇ ਦੀ ਪੋਜੀਸੀਓਨ ਨੇ, ਆਹ ਆਨਾ ਬਲਿਆਂਤੀ, ਆਹ ਬਲਿਆਂਤੀ, ਆਹ ਇੰਡੀਕੇਟਰ, ਕੁਆਤਰੋ ਫਰੇਚੇ, ਆਹ ਮੋਰਲੀ ਧੁੰਦ ਵਾਲੀ, ਆਹ ਪਿਛਲੀ ਧੁੰਦ ਵਾਲੀ, ਬਸ ਇੰਨੇ ਆਪਾਂ ਮੇਨ ਪੜ੍ਹਨੇ, ਅਤੇ ਇੱਕ ਮੈਂ ਤੁਹਾਨੂੰ ਲੂਚੇ ਦੀ ਪੋਜੀਸੀਓਨ ਹੀ ਦਿਖਾ ਦਿੰਦਾ, ਕਿਉਂਕਿ ਬੜਾ ਭੁਲੇਖਾ ਪੈਂਦਾ ਰਹਿੰਦਾ, ਲੂਚੇ ਦੀ ਪੋਜੀਸੀਓਨ ਹੀ ਕਿਹੜੀ ਹੈ, ਓਹੋ ਆ ਰਹੀ ਫੋਟੋ ਸੀ ਇੱਥੇ, ਇਹ ਆਹ ਜਿਹੜੀ ਜਗੀਆਂ ਛੋਟੀ ਜਿਹੀ ਲਾਈਟ ਜਗਣੀ ਹੈ, ਇਹ ਸਿਰਫ ਪੋਜੀਸ਼ਨ ਦਿਖਾਉਂਦੀ ਹੈ, ਲੂਚੇ ਦੀ ਪੋਜੀਸੀਓਨ ਆਹ ਹੁੰਦੀ ਹੈ,
ਤੇ ਆਨਾ ਬਲੈਂਤੀ ਆ ਦੇਖੋ ਆ ਜਗ ਗਈਆਂ ਸਾਈਡਾਂ ਤੇ ਜਿਹੜੀਆਂ ਜ਼ਿਆਦਾ ਲਾਈਟ ਕਰਦੀਆਂ, ਆਨਾ ਬਲੈਂਤੀ ਹੀ ਜਗਾਣੀ ਆ ਆਪਾਂ ਜ਼ਿਆਦਾ, ਠੀਕ ਹੈ ਨਾ। ਠੀਕ ਹੈ, ਇੱਕ ਆਪਾਂ ਸਮਾਨ ਆਇਆ ਸੀ ਨਾ ਵੀ ਬਾਹਰ ਕਿੰਨਾ ਸਮਾਨ ਨਿਕਲ ਸਕਦਾ ਸਪੁਰਜਨ ਤੇ, ਆਪਾਂ ਪੜ੍ਹਿਆ ਸੀ ਲੂਚੇ ਦੀ ਪੋਜੀਸੀਓ ਨੇ ਤੋਂ 30 ਸੈਂਟੀਮੀਟਰ ਬਾਹਰ ਨੂੰ, ਤਾਂ 30 ਸੈਂਟੀਮੀਟਰ ਅੰਦਰ ਨੂੰ ਹੈਗੀ ਆ ਨਾ ਇਹ, ਤਾਂ ਸਮਝ ਲਓ ਬਾਡੀ ਦੇ ਅੰਦਰ ਅੰਦਰ ਰਹਿ ਜਾਂਦਾ ਸਾਈਡਾਂ ਤੇ। ਪਿਛਲੇ ਪਾਸੇ ਕਿੰਨਾ ਸੀਗਾ 3/10 ਲੰਬਾਈ ਦਾ, ਮੋਰਲੇ ਪਾਸੇ ਬਿਲਕੁਲ ਨੀ, ਸਮਾਨ ਕੱਢਣ ਦੀ ਗੱਲ ਸੀਗੀ। ਤਾਂ ਲੂਚੇ ਦੀ ਪੋਜੀਸੀਓਨੇ ਦਾ ਕੋਈ ਐਡਾ ਰੋਲ ਨੀ ਹੈਗਾ, ਇਹ ਤਾਂ ਜਗਾੜ ਜਗਣੀ ਆ। ਆਨਾ ਬਲੈਂਤੀ ਜਗਾਣੀ ਆ ਕਦੋਂ, ਜਦੋਂ ਵੀ ਹਨੇਰਾ ਹੋ ਗਿਆ, ਘੱਟ ਵਿਜੀਬਿਲਟੀ ਹੋ ਗਈ, ਜਗਾਣੀਆਂ ਜਗਾਣੀਆਂ, ਮਤਲਬ ਜਦੋਂ ਵੀ ਜਾਗ ਗਈਆਂ, ਕੋਈ ਮਾੜਾ ਨੀ ਹੈਗਾ ਇਹ ਜਾਗਣ, ਤਾਂ ਬਸ ਸ਼ਹਿਰ ਤੋਂ ਬਾਹਰ ਤਾਂ 24 ਘੰਟੇ ਜਗਾਣੀਆਂ ਜਗਾਣੀਆਂ ਮੋਟਰਸਾਈਕਲਾਂ ਨੇ। ਮੈਂ ਹੁਣ ਸਾਰੇ ਮੈਂ ਸਵਾਲ ਪੜ੍ਹ ਦਿੰਦਾ ਜੋ ਜੋ ਆਊਗੇ। ਠੀਕ ਹੈ ਜੀ, ਇਹ ਜ਼ਰੂਰੀ ਹੈਗੀਆਂ ਸ਼ਹਿਰ ਤੋਂ ਬਾਹਰ ਐਕਸਟਰਾ ਉਰਬਾਨੇ ਤੇ ਜਗਾਣੀਆਂ, ਚਾਹੇ ਪ੍ਰਿੰਸੀਪਾਲੇ ਆ, ਚਾਹੇ ਸੈਕੰਡਾਰੀ ਆ, ਚਾਹੇ ਆਟੋ ਸਟਰਾਦਾ ਹੈ, ਸ਼ਹਿਰ ਤੋਂ ਬਾਹਰ ਤਾਂ ਲਾਈਟਾਂ ਜਗਾਣੀਆਂ ਜਗਾਣੀਆਂ, ਚਾਹੇ ਧੁੱਪ ਜਿੰਨੀ ਮਰਜ਼ੀ ਨਿਕਲੇ ਲਾਈਟ ਜਗਾਣੀ ਜਗਾਣੀ ਹੈ। ਗੈਲਰੀ ਦੇ ਵਿੱਚ ਜਗਾਣੀ ਜਗਾਣੀ ਹੈ, ਚਾਹੇ ਹਨੇਰਾ ਹੈ ਚਾਹੇ ਲਾਈਟ ਹੈਗੀ ਹੈ, ਗੈਲਰੀ ਦੇ ਵਿੱਚ ਜਗਾਣੀ ਜਗਾਣੀ ਹੈ। ਠੀਕ ਹੈ, ਕਦੀ ਵੀ ਘੱਟ ਵਿਜੀਬਿਲਟੀ ਹੋਗੀ, ਸਕਾਰਸਾ ਵਿਜੀਬਿਲਟੀ, ਤਾਂ ਘੱਟ ਵਿਜੀਬਿਲਟੀ ਮੀਂਹ ਧੁੰਦ ਹੋਗੀ ਤੇ ਲਾਈਟ ਜਗਾਣੀ ਹੈ। ਠੀਕ ਹੈ, ਤੇ ਹੋਰ ਜੇ ਵਿਜੀਬਿਲਟੀ ਘੱਟ ਹੈਗੀ ਹੈ, ਮੀਂਹ ਜ਼ਿਆਦਾ, ਤਾਂ ਤੁਸੀਂ ਆਨਾ ਬਲੈਂਤੀ ਤੇ ਜਗਾਣੀ ਜਗਾਣੀ ਹੈ। ਉਸ ਤੋਂ ਇਲਾਵਾ ਫੈਂਦੀ ਨੇਬੀਆ ਧੁੰਦ ਵਾਲੀਆਂ ਲਾਈਟਾਂ, ਚਾਹੇ ਮੋਰਲੀ ਚਾਹੇ ਪਿਛਲੀ, ਮਤਲਬ ਯਾਦ ਰੱਖੋ ਜਗਾ ਲੈਣੀਆਂ, ਕੋਈ ਮਾੜਾ ਨੀਗਾ। ਧੁੰਦ ਵਾਲੀ ਲਾਈਟਾਂ ਨਾਲ ਆਪਾਂ ਨੂੰ ਵੀ ਠੀਕ ਦਿਖੂਗਾ ਤੇ ਦੂਜੀ ਗੱਡੀ ਵਾਲਿਆਂ ਨੂੰ ਵੀ ਸਾਡੀ ਗੱਡੀ ਦਿਖ ਜਾਣੀ ਆ। ਧੁੰਦ ਵਾਲੀ ਲਾਈਟ ਜਿਹੜੀ ਹੁੰਦੀ ਆ, ਉਹ ਸੰਤਰੀ ਜਾਂ ਰੰਗ ਦਾ ਜਗਦਾ ਨਾ, ਤਾਂ ਉਹ ਵੀ ਜਗਾ ਲਓ ਜਦੋਂ ਉਹ ਹੋਵੇ। ਠੀਕ ਹੈ, ਸ਼ਹਿਰ ਤੋਂ ਬਾਹਰ ਤਾਂ ਆਪਾਂ, ਅੱਛਾ ਫੇਰ ਆ ਗਿਆ ਜੀ ਜਦੋਂ ਆਨਾ ਬਲੈਂਤੀ ਤਾਂ ਹੋਈ ਗਈਆਂ। ਅੱਛਾ, ਉਸ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਆਪਾਂ ਕਿਹਾ ਵੀ ਆਨਾ ਬਲੈਂਤੀ ਜਗਾਣੀ ਆ, ਰਾਤ ਨੂੰ ਤਾਂ ਜਗਾਣੀਆਂ ਜਗਾਣੀਆਂ ਸ਼ਹਿਰ ਦੇ ਵਿੱਚ, ਹੈ ਨਾ, ਸ਼ਹਿਰ ਤੋਂ ਬਾਹਰ ਵੀ ਜਗਾਣੀਆਂ ਸ਼ਹਿਰ ਦਾ ਦਿਨ। ਅੱਛਾ, ਇੱਕ ਉਹਦੀ ਥਾਂ ਤੇ ਹੁੰਦੀਆਂ ਲੂਚੇ ਦੀ ਮਾਰਚਾ ਦਿਉਰਨਾ, ਕਨਫਿਊਜ਼ਨ ਨਾ ਹੋ ਜਾਵੇ ਤੁਹਾਨੂੰ। ਸ਼ਹਿਰ ਤੋਂ ਬਾਹਰ ਆਪਾਂ ਆਨਾ ਬਲੈਂਤੀ ਜਗਾਣੀਆਂ ਜਗਾਣੀਆਂ ਪਤਾ ਹੀ ਹੈ ਸਾਨੂੰ, ਪਰ ਅੱਜ ਕੱਲ੍ਹ ਨਵੀਆਂ ਗੱਡੀਆਂ 'ਚ ਕੀ ਆਇਆ ਹੈ, ਉਹ 'ਚ ਕਹਿੰਦੇ ਲੂਚੇ ਦੀ ਮਾਰਚਾ ਦਿਉਰਨਾ ਦੇਣ ਵਾਲੀਆਂ ਲਾਈਟਾਂ, ਉਹ ਇੱਥੇ ਮੈਂ ਇੱਕ ਮਿੰਟ ਤੁਹਾਨੂੰ ਦਿਖਾਉਣਾ, ਹੁਣੇ ਮੈਂ ਕੀਤੇ ਡਾਊਨਲੋਡ। ਇਹ ਲੂਚੇ ਦੀ ਮਾਰਚਾ ਦਿਉਰਨਾ ਕਿਹੜੀਆਂ ਹੁੰਦੀਆਂ, ਆ ਜਿੱਦਾਂ ਦੀ ਲਾਈਟਾਂ, ਇੱਦਾਂ ਲੈੱਡ ਲਾਈਟਾਂ ਜੀ ਹੁੰਦੀਆਂ, ਇਹ ਆਨਾ ਬਲੈਂਤੀ ਨਹੀਂ ਜਗਦੀਆਂ ਪਈਆਂ, ਪਰ ਆ ਜਗਾ ਲਓ। ਇਹਦੇ ਨਾਲ ਕੀ ਹੈ, ਦੂਜੀਆਂ ਗੱਡੀਆਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਗੱਡੀ ਆਉਂਦੀ ਪਈ, ਥੋੜ੍ਹੀ ਜਿਹੀ ਵਿਜੀਬਿਲਟੀ ਜੀ ਵੱਧ ਜਾਂਦੀ ਹੈ, ਆਪਣੀ ਨਹੀਂ ਵਧਣੀ, ਆਪਾਂ ਤਾਂ ਧੁੱਪ ਬਥੇਰੀ ਹੈਗੀ ਹੈ, ਦੂਜੀਆਂ ਗੱਡੀਆਂ ਨੂੰ ਪਤਾ ਲੱਗ ਜਾਂਦਾ ਕੋਈ ਗੱਡੀ ਆਉਂਦੀ, ਚਮਕ ਜੀ ਪੈਂਦੀ ਹੈ, ਇਹ ਮਾਰਚਾ ਦਿਉਰਨਾ। ਇਹ ਜਗਾ ਲਓ ਦਿਨੇ, ਚਾਹੇ ਆਨਾ ਬਲੈਂਤੀ ਜਗਾ ਲਓ। ਆਨਾ ਬਲੈਂਤੀ ਨੇ ਬਿਜਲੀ ਜ਼ਿਆਦਾ ਖਾਣੀ ਹੈ, ਥੋੜ੍ਹੀ ਘੱਟ ਖਾਣੀ ਹੈ, ਸਮਝ ਗਏ ਨਾ ਹੁਣ ਗੱਲ। ਮਾਰਚਾ ਦਿਉਰਨਾ ਦਿਨ ਵਾਲੀ ਲਾਈਟਾਂ ਜਗਾ ਲਓ, ਇਹ ਜਗਾ ਲਓ। ਠੀਕ ਹੈ, ਰਾਤ ਨੂੰ ਤਾਂ ਆਨਾ ਬਲੈਂਤੀ ਜਗਾਉਣੀ ਪੈਣੀ ਹੈ। ਠੀਕ ਹੈ, ਤਾਂ ਇੱਕੋ ਗੱਲ ਹੈ, ਚਾਹੇ ਆਨਾ ਬਲੈਂਤੀ ਜਗਾ ਲਓ, ਚਾਹੇ ਮਾਰਚਾ ਦਿਉਰਨਾ ਜਗਾ ਲਓ। ਠੀਕ ਹੈ, ਲੈੱਡ ਹੁੰਦੀਆਂ ਲਾਈਟਾਂ ਹੈ, ਠੀਕ ਹੈ ਨਾ। ਹੋਰ, ਅੱਛਾ, ਸੋਸਤਾ ਕਰਨਾ, ਜਦੋਂ ਸੋਸਤਾ ਕਰਨਾ ਹੈ ਫਿਰ ਕੋਈ ਲਾਈਟ ਜਗਾਣੀ ਹੈ, ਫਿਰ ਤਾਂ ਨਹੀਂ ਗੱਡੀ ਬੰਦ ਕਰਕੇ ਜਾਣਾ। ਸੋਸਤਾ ਕਰਨਾ ਤਾਂ ਕੋਈ ਲਾਈਟ ਨਹੀਂ ਜਗਾਣੀ, ਪਰ ਜੇ ਤੁਹਾਨੂੰ ਸ਼ਹਿਰ ਦੇ ਵਿੱਚ ਸੋਸਤਾ ਕਿਨਾਰੇ ਜੇ ਤੇ ਕਰਨਾ ਪੈ ਗਿਆ, ਰੋਡ ਦੇ ਉੱਪਰ ਹੀ ਕਰਨਾ ਪੈ ਗਿਆ, ਫਿਰ ਜੇ ਗੱਡੀ ਵਿੱਚ ਇੱਕ ਲੂਚੇ ਦੀ ਸੋਸਤਾ ਹੁੰਦਾ, ਲੂਚੇ ਦੀ ਸੋਸਤਾ ਹੀ ਹੋਈਆਂ ਸਪੈਸ਼ਲ, ਉਹ ਲੂਚੇ ਦੀ ਸੋਸਤਾ ਬਣੀਆਂ, ਪੁਰਾਣੀਆਂ ਗੱਡੀਆਂ 'ਚ ਨਹੀਂ ਹੁੰਦੀ, ਨਵੀਆਂ ਗੱਡੀਆਂ 'ਚ ਬਿਲਕੁਲ ਮਾੜੀ ਜਿਹੀ ਡਿੰਮ ਜਾਂ ਇੱਕ ਲਾਈਟ ਜਿਹਾ ਜਗਦਾ ਰਹਿੰਦਾ, ਉਹ ਜੇ ਹੈਗਾ ਤਾਂ ਉਹ ਜਗਾ ਸਕਦੇ ਹੈ, ਬਸ ਇੰਨਾ ਜ਼ਰੂਰੀ, ਉਹ ਵੀ ਨਹੀਂ ਹੈਗੀਆਂ ਫਿਰ ਜਗਾ ਸਕਦੇ ਜੇ ਗੱਡੀ 'ਚ ਹੈਗੀਆਂ ਲੂਚੇ ਦੀ ਸੋਸਤਾ, ਜ਼ਰੂਰੀ ਕੋਈ ਨਹੀਂ ਹੈ। ਸੋਸਤਾ ਕਰਨਾ ਤਾਂ ਗੱਡੀ ਬੰਦ ਹੀ ਚਾਹੀਦੀ ਉੱਦਾਂ, ਹਾਂਜੀ ਹੈਗੀਆਂ ਜਗਾ ਲਓ। ਚਿਕਲੋ ਮਤੋਰੀ ਮੋਟੋ ਚਿਕਲੀ, ਇਹਨਾਂ ਦਾ 24 ਘੰਟੇ ਜਗਾਣੀਆਂ, ਬਸ ਚਾਹੇ ਸ਼ਹਿਰ ਹੈ ਬਾਹਰ ਹੈ ਦਿਨ ਹੈ ਰਾਤ ਹੈ, 24 ਘੰਟੇ ਲਾਈਟ ਸਟਾਰਟ ਹੋ ਗਿਆ, ਲਾਈਟ ਜਗਣੀ ਚਾਹੀਦੀ ਹੈ, ਬਸ। ਅੱਛਾ, ਤੇ ਬੱਲਬ ਜਿਹੜੇ ਹੁੰਦੇ ਲਾਂਪਾ ਦੇ, ਬੱਲਬ ਉਮੋਲੋਗਾਤੇ ਹੋਣੇ ਚਾਹੀਦੇ ਆ, ਉਮੋਲੋਗਾਤੇ ਮਤਲਬ ਪਾਸ ਹੋਏ ਹੋਣੇ ਚਾਹੀਦੇ ਆ, ਨੋਨ ਉਮੋਲੋਗਾਤੇ ਤਾਂ ਕੋਈ ਚੀਜ਼ ਨਹੀਂ ਚੱਲਣੀ ਲਾਇਸੈਂਸ 'ਚ ਆਪਣੇ 'ਚ, ਜਾਂ ਵੈਸੇ ਵੀ ਨਹੀਂ, ਨੋਨ ਉਮੋਲੋਗਾਤੇ ਦੇਸੀ ਬੱਲਬ ਨਹੀਂ ਚੱਲਣੇ, ਜਾਂ ਕਿਸੇ ਵੀ ਕਲਰ ਦੇ ਲਾ ਦਿਓ, ਨਹੀਂ ਕਲਰ ਹੁੰਦਾ ਹੀ ਨਹੀਂ ਉਹਨਾਂ ਦਾ ਬਿਨਾਂ ਕਲਰ ਤੋਂ, ਕਵਰ ਦਾ ਕਲਰ ਹੋ ਸਕਦਾ, ਬੱਲਬ ਦਾ ਕਲਰ ਕੋਈ ਨਹੀਂ ਗਾ, ਕਿਸੇ ਵੀ ਰੰਗ ਦੇ ਕਲਰ ਨਹੀਂ, ਬੱਲਬ ਨਹੀਂ ਚੱਲੂਗਾ। ਤੇ ਬਸ ਆ ਬਲਿਆਂਤੀ ਦਾ ਆਪਾਂ ਪੜ੍ਹ ਹੀ ਲਿਆ, ਕਦੋਂ ਜਗਾਣੀ ਹੈ, ਜਦੋਂ ਸਾਹਮਣੋਂ ਕੋਈ ਨਹੀਂ ਆਉਂਦਾ ਹੋਊਗਾ ਤੇ ਵਿਜੀਬਿਲਟੀ ਘੱਟ ਹੈ ਹਨੇਰਾ, ਫਿਰ ਚਾਹੇ ਜਗਾ ਲਓ, ਜਿੱਦਾਂ ਸਾਹਮਣੋਂ ਕੋਈ ਆ ਗਿਆ ਆ ਬਲਿਆਂਤੀ ਤੁਹਾਨੂੰ ਬਜਾਣੀਆਂ ਪੈਣੀ, ਠੀਕ ਹੈ ਨਾ, ਬਾਕੀ ਹੋਰ ਕੁਛ ਨਹੀਂ। ਕਲੀਅਰ ਹੈ ਨਾ ਗੱਲ, ਆ ਬਲਿਆਂਤੀ ਦਾ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦਾ, ਜੇ ਆ ਬਲਿਆਂਤੀ ਦਾ ਯੂਜ ਫਿਰ ਤੁਹਾਨੂੰ ਰਹਿ ਜਾਣਾ, ਆ ਚੀਜ਼ ਹੁੰਦੀ ਆ ਬਲਿਆਂਤੀ, ਆ ਦੇਖੋ ਫੋਟੋ ਚ, ਮੰਨ ਲਓ ਉਹਦੀਆਂ ਆ ਬਲਿਆਂਤੀ ਜਗਦੀ ਪਈਆਂ ਉਹਦੀਆਂ। ਅੱਛਾ, ਉਹਦਾ ਨਾਮ ਆ ਬਲਿਆਂਤੀ ਦਾ ਦੂਸਰਾ ਨਾਮ ਹੈਗਾ ਲੂਚੀ ਦੀ ਪ੍ਰੋਫੋਂਦਿਤਾ, ਦੂਰ ਤੱਕ ਜਾਂਦੀਆਂ, ਦੂਰ ਤੱਕ ਪੈਂਦੀਆਂ ਨਾ, ਲੂਚੀ ਦੀ ਪ੍ਰੋਫੋਂਦਿਤਾ ਕਹਿ ਦੇਵੇ, ਚਾਹੇ ਆ ਬਲਿਆਂਤੀ ਕਹਿ ਦੇਵੇ, ਮਤਲਬ ਵੱਡੀਆਂ ਲਾਈਟਾਂ ਦੂਰ ਵਾਲੀਆਂ।
ਜਿਹੜੀਆਂ ਥੱਲੇ ਨੂੰ ਪੈਂਦੀਆਂ ਉਹਨਾਂ ਨੂੰ ਸਿਰਫ ਅਨਾਬਲਿਅੰਤੀ ਕਹਿਣਾ ਆਪਾਂ। ਹੁਣ ਉਹਦੀਆਂ ਅਬਲਿਅੰਤੀ ਜਗਦੀ ਪਈਆਂ ਤਾਂ ਇਸ ਗੱਡੀ ਨੂੰ ਕੀ ਹੋਇਆ, ਆਹ ਦੇਖੋ ਵਿਜੀਬਿਲਟੀ ਘੱਟ ਗਈ ਨਾ ਇਹਦੀ ਪੂਰੀ, ਉਹਦੀਆਂ ਅਬਲਿਅੰਤੀ ਜਗਦੀ, ਇਹਦੀ ਵਿਜੀਬਿਲਟੀ ਘੱਟ ਗਈ ਹੈ, ਤਾਂ ਫਿਰ ਕੀ ਕਰਨਾ ਚਾਹੀਦਾ ਇਹਨੂੰ, ਇਹਦਾ ਕੀ ਫਰਜ਼ ਬਣਦਾ ਹੁਣ ਹੌਲੀ ਕਰਕੇ ਅਤੇ ਲੋੜ ਪਵੇ ਤਾਂ ਰੋਕ ਲਓ, ਪਰ ਇਹਦਾ ਇਹ ਆਪਣਾ ਧਿਆਨ ਹਟਾ ਲਵੇ ਸਵਾਲ ਆਉਣਾ, ਇਹ ਲੈਟਾਂ ਤੋਂ ਧਿਆਨ ਥੋੜ੍ਹਾ ਜਿਹਾ ਸੱਜੇ ਪਾਸੇ ਨੂੰ ਦੇਖ ਲਵੇ, ਲੈਟਾਂ ਵੱਲ ਨੂੰ ਦੇਖੇ ਨੇ ਤਾਂ ਜਮਾਂ ਹਨੇਰਾ ਹੋ ਜਾਣਾ, ਤਾਂ ਫਿਰ ਲੋੜ ਪਵੇ ਤਾਂ ਇਹਨੂੰ ਰੋਕ ਲਵੇ। ਠੀਕ ਹੈ ਨਾ, ਉਹਨਾਂ ਨੇ ਕੀਤਾ ਇਹ ਕੰਮ। ਅਤੇ ਹੋਰ ਇੱਕ ਦਖਾਤਮਾ ਜਾਂਦੇ ਜਾਂਦੇ ਪਹਿਲਾਂ ਫਿਰ ਸਵਾਲ ਸ਼ੁਰੂ ਕਰਦੇ ਹਾਂ। ਆਹ ਚੀਜ਼ ਆ, ਮੰਨ ਲਓ ਇਹਦੀਆਂ ਆਹ ਬਲਿਆਂਤੀ ਜਗਦੀਆਂ ਵੱਡੀਆਂ ਲੈਟਾਂ ਜਿਹਨੂੰ ਲੂਚੇ ਦੀ ਪ੍ਰੋਫੋਨਦੀ ਤਾਂ ਕਹਿੰਦੇ, ਦੂਰ ਤੱਕ ਪੈਂਦੀਆਂ, ਇਹਨੂੰ ਪਤਾ ਵੀ ਹਨੇਰਾ ਹੈਗਾ, ਸਾਹਮਣੇ ਕੋਈ ਨਹੀਂ ਆ ਰਿਹਾ, ਰਾਤ ਨੂੰ ਇਹਨਾਂ ਆਪਣੀ ਜਗਾ ਲਈਆਂ, ਸਾਹਮਣੇ ਕਿਹੜਾ ਆ ਰਿਹਾ ਵੱਡੀਆਂ ਲੈਟਾਂ, ਜਗਾ ਲਈਆਂ ਨੇ। ਚਲੋ ਜਿੱਦਾਂ ਹੀ ਇਹ ਕਦੋਂ ਜਗਾ ਲਈਆਂ, ਜਿੱਦਾਂ ਹੀ ਸਾਹਮਣੇ ਕੋਈ ਆਊਗਾ, ਜਿੱਦਾਂ ਹੀ ਸਾਹਮਣੇ ਆਇਆ, ਤਾਂ ਇਹਨਾਂ ਕੀ ਕੀਤਾ, ਆਪਣੀਆਂ ਵੀ ਇਹਨਾਂ ਵੀ ਆਪ ਆਨਾ ਬਲਿਅੰਤੀ ਜਗਾਤੀਆਂ, ਸ਼ਾਇਦ ਉਹਨਾਂ ਵੀ ਆਪ ਹੋਊਗੀ ਤਾਂ ਉਹਨਾਂ ਵੀ ਆਪਣੀ ਆਨਾ ਬਲਿਅੰਤੀ ਜਗਾ, ਜਿੱਦਾਂ ਹੀ ਕ੍ਰੋਸ ਕਰ ਜੂਗੇ, ਕ੍ਰੋਸ ਕਰ ਗਏ ਤਾਂ ਫਿਰ ਆਪਣੀ ਚਾਹੀ ਫਿਰ ਆ ਬਲਿਅੰਤੀ ਜਗਾ ਲਵੇ, ਹੋ ਸਕਦਾ ਨਾ ਇੱਦਾਂ। ਤਾਂ ਇਹ ਸਵਾਲ ਹੈ, ਆਪ ਬਲਿਅੰਤੀ ਨੂੰ ਬੁਝਾ ਦਿਓ, ਆਨਾ ਬਲਿਅੰਤੀ ਜਗਾ ਲਓ, ਜਦੋਂ ਕ੍ਰੋਸ ਕਰਨਾ ਸ਼ਹਿਰ ਤੋਂ ਬਾਹਰ, ਇਹ ਕੰਮ ਆਪਾਂ ਆਪ ਬਲਿਅੰਤੀ ਦਾ ਕਰ ਸਕਦੇ ਹਾਂ। ਕਲੀਅਰ ਤੁਹਾਡੇ ਗੱਲ, ਹੁਣ ਸਵਾਲ ਕਰਦੇ ਹਾਂ। ਅੱਛਾ, ਸ਼ੁਰੂ ਇੱਦਾਂ ਹੁੰਦਾ ਸਵਾਲ, ਇਹਦਾ ਇੱਕ ਰਹਿ ਗਿਆ ਸੀਗਾ, ਰਾਤ ਨੂੰ ਲਾਈਟ ਜਗਾਣੀ ਜਗਾਣੀ ਹੈ ਸ਼ਹਿਰ ਦੇ ਵਿੱਚ, ਸ਼ਹਿਰ ਤੋਂ ਬਾਹਰ ਵੀ ਜਗਾਣੀ ਹੈ, ਸ਼ਹਿਰ ਦੇ ਵਿੱਚ ਵੀ ਰਾਤ ਨੂੰ ਲਾਈਟ ਜਗਾਣੀ ਹੈ, ਸ਼ਹਿਰ ਦੇ ਵਿੱਚ ਦਿਨੇ ਦਿਨੇ ਮਾਫ ਹੈ, ਬਾਕੀ ਤਾਂ ਲਾਈਟ 24 ਘੰਟੇ ਜਗਣੀ ਚਾਹੀਦੀ, ਪਰ ਉਹ ਸਵਾਲ ਇੱਦਾਂ ਪਾਊਗਾ, ਦੁਰਾਂਤੇ ਲਾ ਮਾਰਚਾ ਨਹੀਂ ਚੈਂਤਰੀ ਬਤਾਤੀ, ਸ਼ਹਿਰ ਦੇ ਵਿੱਚ ਦੁਰਾਂਤੇ ਲਾ ਮਾਰਚਾ ਜਦੋਂ ਡਰਾਈਵ ਕਰਦੇ ਪਏ ਹੈ, ਓਬਲੀਗਾਤੋਰੀ ਹੈ ਤੇ ਨੇਰੇ ਅਚੇਜ਼ੇ ਲੂਚੀ ਆਨਾ ਬਲਿਅੰਤੀ, ਤੇ ਨੇਰੇ ਰੱਖਣਾ ਅਚੇਜ਼ੇ ਜਗਦੇ ਹੋਏ, ਕਿਹੜੀ ਲੂਚੀ ਆਨਾ ਬਲਿਅੰਤੀ, ਬਾਰ ਬਾਰ ਸਵਾਲ ਆਉਣਾ, ਜ਼ਰੂਰੀ ਹੈ ਜਗਦੇ ਰੱਖੋ ਆਨਾ ਬਲਿਅੰਤੀ, ਠੀਕ ਹੈ ਕਦੋਂ, ਮਿਰਜ਼ਾ ਰਾ ਦੋਪੋ ਮਿਰਜ਼ਾ ਓਰਾ ਅੱਧਾ ਘੰਟਾ, ਦੋਪੋ ਇਲ ਤਰਾਮੋਂਤੋ ਦਿਲ ਸੋਲੇ ਸੋਲੇ ਸੂਰਜ, ਤਰਾਮੋਂਤੋ ਛਿਪਣਾ, ਸੂਰਜ ਛਿਪਣ ਤੋਂ ਅੱਧਾ ਘੰਟਾ ਬਾਅਦ ਜਗਾ ਲਓ, ਆ ਕਦੋਂ ਤੱਕ, ਮਿਰਜ਼ਾ ਓਰਾ ਪ੍ਰੀਮਾ ਅੱਧਾ ਘੰਟਾ ਪਹਿਲਾਂ, ਦਿਲ ਸੂਓ ਸੂਰਜਰੇ ਉੱਗਣ ਤੋਂ ਅੱਧਾ ਘੰਟਾ ਪਹਿਲਾਂ ਤੱਕ, ਕਿਉਂਕਿ ਅੱਧਾ ਉੱਗਣ ਤੋਂ ਅੱਧਾ ਘੰਟਾ ਪਹਿਲਾਂ ਲੋ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ, ਤੇ ਛਿਪਣ ਤੋਂ ਅੱਧਾ ਘੰਟਾ ਬਾਅਦ ਤੱਕ ਤਾਂ ਲਾਈਟ ਰਹਿੰਦੀ ਹੈ, ਤਾਂ ਕਰਕੇ ਅੱਧੇ ਘੰਟੇ ਦਾ ਥੋੜ੍ਹਾ ਜਿਹਾ ਗੇਮ ਪਾਤੀ ਹੈ, ਮਤਲਬ ਰਾਤ ਹੀ ਮੰਨੋ, ਜ਼ਰੂਰੀ ਹੈ ਜਗਦੀ ਰੱਖਣਾ ਲੂਚੀ ਆਨਾ ਬਲਿਅੰਤੀ, ਅੱਧਾ ਘੰਟਾ ਬਾਅਦ ਸੂਰਜ ਛਿਪਣ ਤੋਂ, ਅੱਧਾ ਘੰਟਾ ਉੱਗਣ ਤੱਕ ਪਹਿਲਾਂ ਉੱਗਣ ਤੋਂ, ਮਤਲਬ ਸਾਰੀ ਰਾਤ ਹੋ ਗਈ, ਜ਼ਰੂਰੀ ਹੈ ਕਿਹੜੀਆਂ ਲਾਈਟਾਂ, ਆਨਾ ਬਲਿਅੰਤੀ, ਬਸ ਯਾਦ ਰਹਿ ਜੂਗਾ ਹੁਣ ਅੱਧੇ ਘੰਟੇ ਦਾ ਸਵਾਲ, ਆਹੀ ਆਨਾ ਬਲਿਅੰਤੀ, ਇੱਕ ਸਵਾਲ ਸ਼ਾਇਦ ਪਹਿਲਾਂ ਆ ਚੁੱਕਿਆ ਆਪਣਾ, ਅੱਧਾ ਘੰਟਾ ਪਹਿਲਾਂ ਤੱਕ ਪਤਾ ਨਹੀਂ ਕੀ ਕਰਨਾ ਜ਼ਰੂਰੀ, ਹੁਣ ਮੈਨੂੰ ਭੁੱਲ ਗਿਆ ਉਹ, ਚਿੰਤੂਰੇ ਤਾਂ ਨਹੀਂ ਸੀਗੇ, ਕੁਛ ਸੀਗਾ ਸਵਾਲ ਵੀ, ਉਹ ਕਰਨਾ ਜ਼ਰੂਰੀ ਹੈ, ਨਹੀਂ ਸਪੀਡ ਘਟਾਉਣਾ ਜ਼ਰੂਰੀ ਹੈ, ਇੱਦਾਂ ਸੀਗਾ, ਓਬਲੀਗਾਤੋਰੀ ਹੋਰੀ ਦੂਰੇ ਲਾ ਵਿਲੋਚਿਤਾ, ਅੱਧਾ ਘੰਟਾ ਪਹਿਲਾਂ ਹੋਰ ਰਾਤ ਨੂੰ ਇੱਦਾਂ, ਮਤਲਬ ਸਾਰੀ ਰਾਤ ਹੌਲੀ ਸਪੀਡ ਰੱਖੋ, ਇੱਦਾਂ ਥੋੜ੍ਹੀ ਹੁੰਦਾ ਹੁੰਦਾ, ਹਾਂ ਲਾਈਟਾਂ ਜਗਾਉਣੀਆਂ ਜ਼ਰੂਰੀ ਹੈ ਸਾਰੀ ਰਾਤ ਨੂੰ, ਆਹ ਸਵਾਲ ਦੋ ਸਵਾਲ ਇੱਕ ਵਾਰ ਗਏ ਹੈਗੇ, ਆਹ ਸਹੀ ਹੈ ਉਹ ਗਲਤ ਸੀਗਾ। ਹੁਣ ਕੀ ਕਹਿੰਦਾ ਹੈ, ਦੁਰਾਂਤੇ ਲਾ ਮਾਰਚਾ ਚਲਾ ਰਹੇ ਹੈ ਗੱਡੀ, ਇਨ ਕਾਜੋ ਦੀ ਸਕਾਰਸਾ ਵਿਜੀਬਿਲਤਾ, ਘੱਟ ਵਿਜੀਬਿਲਟੀ, ਲਿਮੀਤਾਤਾ ਵਿਜੀਬਿਲਤਾ, ਰਿਦੋਤਾ ਵਿਜੀਬਿਲਤਾ, ਹੈ ਨਾ ਘੱਟ ਵਿਜੀਬਿਲਟੀ ਹੈ, ਕਿਸ ਕਰਕੇ, ਪੇਰ ਕੰਡੀਸ਼ਨ ਨੇ ਐਟਮੋਸਫੈਰੀਕੇ, ਐਟਮੋਸਫੀਅਰ ਵਾਤਾਵਰਣ ਦੀ ਕੰਡੀਸ਼ਨ ਕਰਕੇ, ਜਿੱਦਾਂ ਨੇਵੇ ਬਰਫ਼ ਪੈ ਰਹੀ ਹੈ, ਪਿਓਜਾ ਮੀਂਹ ਪੈ ਰਿਹਾ, ਨੇਬੀਆ ਧੁੰਦ ਪੈ ਰਹੀ ਹੈ, ਉਸ ਕਰਕੇ ਘੱਟ ਵਿਜੀਬਿਲਟੀ ਹੈ, ਘੱਟ ਵਿਜੀਬਿਲਟੀ ਹੈ ਤਾਂ ਫਿਰ ਓਬਲੀਗਾਤੋਰੀ ਹੋ ਹੈ, ਅਤੇ ਨੇਰੇ ਅਚੇਜ਼ੇ ਜਗਦੇ ਰੱਖੋ, ਕਿਹੜੀਆਂ ਲਾਈਟਾਂ, ਲੂਚੇ ਦੀ ਪੋਜੀਸੀਓ ਨੇ ਜਿਹੜੀਆਂ ਛੋਟੀ ਛੋਟੀ ਲੱਟਾਂ ਸੀਗੀਆਂ ਉਹ ਤਾਂ ਜਾਗੀਆਂ ਬੁਝੀਆਂ ਤੋਂ ਕੋਈ ਫਰਕ ਨਹੀਂ ਗਾ, ਇਕੱਲੇ ਆਨਾ ਬਲਿਅੰਤੀ, ਹਾਂ ਆਨਾ ਬਲਿਅੰਤੀ ਜਗਾਣੇ ਜ਼ਰੂਰੀ ਹੈ ਮੇਨ, ਕਿਉਂਕਿ ਲੂਚੇ ਦੀ ਪੋਜੀਸੀਓ ਨੇ ਸਵਾਲ ਫਾਲਸੋ ਜਿਹੇ ਆਉਣੇ ਜ਼ਿਆਦਾ, ਉਹਦਾ ਕੋਈ ਵੱਡਾ ਰੋਲ ਮੰਨਣਾ ਨਹੀਂ ਆਪਾਂ, ਆਨਾ ਬਲਿਅੰਤੀ ਜਗਾਣੀ ਜ਼ਰੂਰੀ ਹੈ ਜਦੋਂ ਵੀ ਵਿਜੀਬਿਲਟੀ ਘੱਟ ਹੈ, ਸਹੀ ਹੈ ਨਾ, ਕਿਹੜੀਆਂ ਆਨਾ ਬਲਿਅੰਤੀ, ਦੁਰਾਂਤੇ ਲਾ ਮਾਰਚਾ ਇਨ ਕਾਜ਼ੋ ਦੀ ਨੇਬੀਆ ਧੁੰਦ ਹੈਗੀ ਹੈ, ਕੌਣ ਵਿਜੀਬਿਲਤਾ ਵਿਜੀਬਿਲਟੀ ਘੱਟ ਹੈ, ਇਨਫਰੀਓਰੇ 50 ਮੀਟਰ ਤੋਂ, ਮਤਲਬ 50 ਮੀਟਰ ਤੋਂ ਘੱਟ ਦਿਖਦਾ, ਮਤਲਬ ਘੱਟ ਦਿਖਦਾ ਪਿਆ, ਫਿਰ ਕੀ ਕਰੋ, ਵਿਜੀਬਿਲਟੀ ਘੱਟ ਹੋਵੇ ਕੀ ਕਰੋ, ਵਿਜ਼ੋਨੀਆ ਉਜ਼ਾਰੇ ਲੂਚੇ, ਕਿਹੜੀ ਲਾਈਟ, ਪੋਸਤਰੀਓਰੇ ਪਿਛਲੀ, ਪੇਰ ਨੇਬੀਆ ਧੁੰਦ ਵਾਲੀ ਲਾਈਟ ਪਿਛਲੀ ਜਗਾ ਲਓ, ਆਹੋ ਮੁਰਲੀ ਵੀ ਜਗਾ ਲਵਾਂਗੇ ਉਹਦਾ ਕੀ ਹੈ, ਪਿਛਲੀ ਵੀ ਜਗਾ ਲਓ, ਠੀਕ ਹੈ ਵਿਜ਼ੋਨੀਆ ਉਜ਼ਾਰੇ ਲੂਚੇ, ਜਦੋਂ ਵਿਜੀ ਨੇਬੀਆ ਆਏਗੀ ਤਾਂ ਧੁੰਦ ਵਾਲੀ ਲਾਈਟ ਜਗਾ ਲਈ, ਤਾਂ ਲਾਸਟ 'ਚ ਉਹਨੇ ਕਹਿਤਾ ਸੇ ਵੀ ਕੋਲੋ ਨੇ ਇਦੋ ਤਾ ਤੋ, ਇਹ ਵੀ ਸਵਾਲ ਲਗਭਗ ਵੇਰੋ ਆਊਗੇ, ਤਾਂ ਮੈਂ ਫਿਰ ਦੇਖੂੰਗਾ ਸਾਰੇ ਕੋਈ ਹੋਵੇ ਨਾ ਫਾਲਸੋ, ਜੇ ਵੀ ਕੋਲੋ ਨੇ ਮਤਲਬ ਇਹਦੇ ਵਿੱਚ ਹੈ ਦਿੱਤਾ, ਜੇ ਗੱਡੀ ਵਿੱਚ ਦਿੱਤਾ ਹੋਊਗਾ ਫਿਰ ਹੀ ਜਗਾਵਾਂਗੇ ਨਾ, ਕਿਉਂਕਿ ਜਿੱਦਾਂ ਇੱਥੇ ਤਾਂ ਮੈਨੂੰ ਪਤਾ ਨਹੀਂ, ਇੰਡੀਆ ਜਿੱਦਾਂ ਆਪਾਂ ਗੱਡੀ ਲੈਂਦੇ ਉਹ ਕਹਿੰਦੇ ਜੇ
फोग लाइट वाली लैनी मतलब धुंध वाली लाइट वाली लैनी है तो 10-15 हज़ार उसका रेट बढ़ा देंगे है, तो जे बिना फोग लाइट वाली लैनी है तो घट हों रेट हों ना। तो आप यही कहे जो कोई जा रहा है कहना भी धुंध वाली लाइट जगा ली, पर जे अपन कहना पेगा जे गड्डी जो दिता होया है ना ता ही जगाऊगा वह। हुण एक सवाल यह भी रहा जे थोड़ी बर्फ पई हुई गड हुण तुसीं इमेजिन करो कि बर्फ पई है तो थोड़ी यार रेते च खुब गई गड्डी, रेते च खुब गई या बर्फ च, फिर तुसीं की करो दो टायर तो घूम नहीं रहे है ना, दो टायरों ना पावर बन नहीं रही, फिर असं की करांगे असी मैं आप कहूँगा यार 4x4 पा लै तू, 4x4 मतलब चारों टायर घूमन गए है ना पावर आ जूगी, पर फिर नाल उन्हूं कहना पऊगा से वी कोलो नै दो तातो, जे गड्डी च दिता होया जो है ही नहीं तो फिर की पाऊगा। हाँ जे गड्डी हैगा तो 4x4 पा लो, जे रेते रूते या बर्फ च खुब जाए ना या उमें भी रोड के उपर, तो 4x4 के पावर बच जाती, चार टायर पावर आ जाती है। तो पर कहना पेगा जे वी कोलो नै दुता तो, जे गड्डी दिता ये कई सवाल आने हैं तो वह फिर वही करा आप। दोबारा पढ़ दिना, नेबिया हैगी ज्यादा बिजोनिया उजारे पोस्तरी और फिर पिछली लाइट जगा लो, पर जे ना हुई हाँ जे हैगी है तो कहता जे वी कोलो दुता तो। और सवाल बाद च आने जी, दिन उत्ते नई चंत्री बिताती रात नू शहर विच, वी कोलो इन सोस्ता करना है, सोस्ता करना है मतलब खड़ी करके जाना है, मार्जी ने दल्ला करे तो किनारे ते खड़ी करनी, सड़क के किनारे ते बाहर नहीं किनारे ते है, तो किनारे ते थोड़ा रिस्की है। तो फिर कहता पो ऐसरे सिन्या ला तो शो कर सकते हैं कौन लूची दी सोस्ता, लूची दी सोस्ता बिल्कुल लेड जा बल्ले एक छोटा जा जगता रहा वो बैटरी ना बराबर खिंचता, तो है ही जी लूची दी सोस्ता वो सोस्ता वास्ते ही है, तो कर सकते हैं जे किनारे ते करना पै गया तो ना गड्डी थोड़ी दिखती रहूगी सही है, बाकी वो फिर जे काता की उत्तरी होंगे प्लास्टिक जे वो चमकूगे, ये लूचे की सोच तो हैगी है तो तुम वो भी जगा लो, तो पो इसरे लूचे की सोच तो बाकी कोई लाइट नहीं जगानी जो सोचता करना है। हाँ जे लूचे की सोचता ही है फिर जगा लो ठीक है, किनारे ते जा रहे दुरंते ला मार्चा हुण चलते पे हैं ओबलीगातोरियो है, ते नेरे अचेजे जगदे रखो केड़िया लूची आप बाल्यांती बड़िया लाइटा, ये थोड़ी जगानी है जून मार्चे वेले, जरूरी है जगानिया आप बलियांती बड़िया लाइटा मतलब है ना, पहली गल तो आना बलियांती जगानिया सी अपर तीरे कदों शुरू करना है, कहिंदा त्रामुन तो दिल सोले सूरज सोले सूरज, त्रामुन तो छिपना सूरज छिपण तो शुरू करना है, फीनो कदों तक अल सूअ सोरजरे उहदे उगण तक किहड़ियां जगानिया आप बाल्यांती नहीं आना बलियांती जगानिया, उच भी अद्धा घंटा सानू सीगा ना अद्धा घंटा बाद तो अद्धा घंटा पहला तक, तो सवाल थोनू वो याद हो गया आ नहीं हैगा आप बलियंती करके गलत कर दे। दिन उत्ते रात नू इन काजो दी सोचता करना है फोरी दल्ला करे तो सड़क तो बाहर सोचता करना, फिर सानू तो चक्कर ही नहीं है किनारे किनूरे ते करना पै जाए फिर थोड़ी लाइट को जगानी पै सकती है जे लूचे की सोचता हैगी, पर जे सोचता फोरी दल्ला करे जाता करना है तो ओबलीगातोरियो है ते नेरे अचेजे जगदे रखो केड़िया लूची आना बलियंती, जे सोचता करके आना बलियंती छड़ के चल गए तो बैटरी सारी खत्म हो जूगी, आना बलियंती भी नहीं कोई लाइट नहीं, हाँ जे लूची दी सोचता है तो वह जगा लो वह भी किनारे किनूरे ते, जे पार्किंग चला के गए फिर कहदी लाइट जगा के जानी, तुसीं गल समझ ही गए मेरे हिसाब नाल सारी। अच्छा आना बलियंती कहिंदा जगदे छड़ दो फालसू सवाल, से सी लाशा इल वी कोलो, जे तुसीं लाशा मतलब छड़ दिंदे आ वी कोलो नूं कित्थे, इन्होंने परकेजो आतो रिजातो जिथे पी लिखा होंगे है आम पार्किंग होंगी उत्थे छड़ती गड्डी, फिर ओबलीगातोरियो है की ओबलीगातोरियो है सिर्फ ये ओबलीगातोरियो है कि तुसी गड्डी नू बंद करके जाओ कोई लैके ना चल जाए थोड़ी मर्जी तो बिना कोई लै ना जाए, सवाल आंदा है कि हाँ वो तो हैगा आप पढ़िया सोस्ता च पढ़िया कंट्रोला सुआ बोलांता इदा पढ़िया सी ना, कौन सुओ कॉन्सेंसो इदा सवाल आया सी, इंपैदीरे ला उजो दैल वी कोलो सेंसा सुओ कॉन्सेंसो इदा सवाल सीगा ना एक, इंपैदीरे रोक दो गड्डी का यूज अपनी मर्जी तो, उस बाद इंपैदीरे करके भी बेरो सी बाकी थानू याद भी आ गया, ये कहता ओबलीगातोरियो है तेनेरे अचेजे फिर तुत्तो इल टेंपो तेनेरे अचेजे जगदे रखो पूरे टाइम केड़िया लूचे की सोचता, पर के जो दे विच ला के जाना तो फिर कहदी लूचे की सोचता, वो तो जी किनारे ते करना सीगा मार्जी ने ते फिर पो एसरे से भी फिर जगा सकते थे, तो तुम समझ गए गल ये लूचे की सोचता कहते जगानी है पर के जो दे। हुण आ गया जी 763 नंबर, तुरंतेला मार्चा गड्डी चला रहे हैं इन काजो दी इन काजो हालात प्योजा इंटेंसा, इंटेंसा हुंदा हैवी प्योजा मीह बहुत मीह पैंदा, मीह बहुत मीह पैंदा तां वी विजिबिलिटी घट जांदी है बहुत मीह पैंदा पिया, हुण
ਹੁਣ ਕਹਿੰਦਾ ਹੈ ਉਲਤਰੇ ਆਲੇ ਲੂਚੀ ਆਨਾ ਬਲਿਆਂਤੀ, ਉਲਤਰੇ ਹੁੰਦਾ ਅਲਾਵਾ, ਉਸ ਤੋਂ ਅਲਾਵਾ ਆਨਾ ਬਲਿਆਂਤੀ ਤੋਂ ਅਲਾਵਾ ਬਿਜ਼ੋਨੀਆ ਤੇ ਨੇਰੇ ਅਚੇਜ਼ਾ ਜਗਦਾ ਰੱਖੋ, ਦੂਚੇ ਪੁਸਤਰੀ ਉਰੇ ਪਿਛਲੀ ਫਿਰ ਨੇਬੀਆ ਧੁੰਦ ਵਾਲੀ ਲਾਈਟ ਜਗਾ ਲਓ। ਆਨਾ ਬਲਿਆਂਤੀ ਤੋਂ ਇਲਾਵਾ ਜ਼ਰੂਰੀ ਹੈ ਜਗਾ ਲਓ ਧੁੰਦ ਵਾਲੀ ਲਾਈਟ। ਫਿਰ ਲਾਸਟ 'ਚ ਗਿਆ ਸੇ ਇਲ ਵਹੀਕਲ ਨੈ ਦੋ ਤਾਂ ਤੋ, ਜੇ ਗੱਡੀ 'ਚ ਦਿੱਤਾ ਹੋਇਆ, ਸਹੀ ਹੈ ਨਾ, ਗੱਡੀ 'ਚ ਦਿੱਤਾ ਤਾਂ ਜਗਾ ਲਓ। ਹਾਂ ਆਨਾ ਬਲਿਆਂਤੀ ਤਾਂ ਜਗਾਉਣੀ ਜਗਾਉਣੀ ਆ, ਉਹ ਵੀ ਜਗਾ ਲਓ, ਸੇ ਵੀ ਕਰੋ। ਸਮਝ ਗਏ ਗੱਲ ਤੁਸੀਂ? ਹੁਣ ਆਹ ਸਵਾਲ ਫਿਰ ਪੜ੍ਹੋ। ਦੁਰਾਂਤੇ ਲਾ ਮਾਰਛਾ, ਗੱਡੀ ਚਲਾ ਰਹੇ ਹਾਂ ਡਰਾਈਵਿੰਗ ਵੇਲੇ, ਇਨ ਕਾਜ਼ੋ ਦੀ ਕਿਹੜਾ ਹਾਲਾਤ? ਫਿੱਤਾ ਨੇਵੀ ਕਾਤਾ, ਨੇਵੇ ਪੈ ਰਹੀ ਆ, ਰੂੰ ਜਾਂ ਡਿੱਗੀ ਜਾਂਦਾ, ਫਿੱਤਾ ਮਤਲਬ ਬਹੁਤ ਜ਼ਿਆਦਾ, ਜਿੱਦਾਂ ਪਿਓਜਾ ਇੰਟੈਂਸਾ ਸੀ ਨਾ, ਬਹੁਤ ਹੈਵੀ ਮੀਂਹ, ਫਿੱਤਾ ਨੇਵੀ ਕਾਤਾ, ਬਹੁਤ ਜ਼ਿਆਦਾ ਬਰਫ਼ ਪੈ ਰਹੀ ਹੈ। ਫਿਰ ਕਹਿੰਦਾ ਉਲਤਰੇ ਲੂਚੀ ਆਨਾ ਬਲਿਆਂਤੀ, ਆਨਾ ਬਲਿਆਂਤੀ ਤੋਂ ਉਲਤਰੇ, ਉਸ ਤੋਂ ਇਲਾਵਾ, ਉਹ ਤਾਂ ਜਗਾਣੀ ਜਗਾਣੀ ਹੈ, ਉਸ ਤੋਂ ਇਲਾਵਾ ਬਿਜ਼ੋਨੀਆ ਤਨੇਰੇ ਅਚੇਜ਼ੇ ਜਗਦੇ ਰੱਖੋ, ਲੂਚੇ ਪੁਸਤਰੀ ਔਰੇ ਪਿਛਲੀ ਲੈਟ ਫਿਰ ਨੇਬੀਆ ਧੁੰਦ ਵਾਲੀ ਲੈਟ ਜਗਾ ਲਓ ਪਿਛਲੀ ਵੀ। ਹਾਂ ਪਰ ਨਾਲੋਂ ਲਿਖਿਆ ਸੇ ਵਹੀਕਲ ਨੈ ਦੋ ਤਾਤੋ, ਜੇ ਗੱਡੀ 'ਚ ਦਿੱਤਾ ਤਾਂ, ਹੁਣ ਜੇ ਵਹੀਕਲ ਨੈ ਦੋ ਤਾਤੋ ਵਾਲੇ ਫਿਰ ਆਉਂਦੇ ਪਏ, ਜੇ ਕੋਈ ਫਾਲਸ ਹੋਇਆ ਤਾਂ ਦੇਖ ਲਵਾਂਗੇ। ਦੁਰੰਤੇ ਲਾ ਮਾਰਚਾ ਫੋਰੀ ਦਾਈ ਚੈਂਤਰੀ ਅਬਿਤਾਤੀ, ਸ਼ਹਿਰ ਤੋਂ ਬਾਹਰ, ਸ਼ਹਿਰ ਤੋਂ ਬਾਹਰ ਆਪਾਂ ਮਾਰਚਾ ਕਰ ਰਹੇ ਹਾਂ, ਗੱਡੀ ਚਲਾ ਰਹੇ ਹਾਂ, ਲਾਈਟਾਂ ਜਗਣੀ ਚਾਹੀਦੀ ਹੈ, ਚਾਹੇ ਦਿਨ ਹੈ ਰਾਤ ਹੈ, ਜਗਣੀ ਚਾਹੀਦੀ ਹੈ। ਤਾਂ ਕਹਿੰਦਾ ਸ਼ਹਿਰ ਤੋਂ ਬਾਹਰ ਮਾਰਚਾ ਕਰ ਰਹੇ ਹਾਂ, ਓਬਲੀਗਾਟੋਰੀ ਹੈ, ਫਾਰੇ ਊਜ਼ੋ ਯੂਜ਼ ਕਰੋ, ਲੂਚੀ ਅਨਾ ਬਲਿਆਂਤੀ, ਹਾਂ ਅਨਾ ਬਲਿਆਂਤੀ ਯੂਜ਼ ਕਰਾਂਗੇ, ਸੀ ਆ ਦੀ ਜੋਰਨੋ ਕੇ ਦਿਨ ਉੱਤੇ, ਕੀ ਦਿਨ ਹੈ ਅਤੇ ਕੀ ਰਾਤ। ਹਾਂ ਸ਼ਹਿਰ ਤੋਂ ਬਾਹਰ ਤਾਂ ਲਾਈਟ ਜਗਣੀ ਚਾਹੀਦੀ ਹੈ, ਚਾਹੇ ਦਿਨ ਹੈ ਚਾਹੇ ਰਾਤ ਹੈ, ਸ਼ਹਿਰ ਦੇ ਵਿੱਚ ਦਿਨੇ ਦਿਨੇ ਮਾਫ਼ ਹੈ, ਰਾਤ ਨੂੰ ਤਾਂ ਸ਼ਹਿਰ 'ਚ ਵੀ ਜਗਾਉਣੀ ਹੈ, ਮੋਟਰਸਾਈਕਲਾਂ 24 ਘੰਟੇ ਆ। ਹੁਣ ਕਹਿੰਦਾ ਦੁਰਾਂਤੇ ਲਾ ਮਾਰਚਾ ਨੈਲੇ ਓਰੇ ਨਤੂਰ ਨੇ, ਰਾਤ ਨੂੰ ਗੱਡੀ ਚਲਾ ਰਹੇ ਹਾਂ, ਕਿਹੜੀ ਲਾਈਟ ਜਗਾਉਣੀ ਹੈ? ਅਨਾ ਬਲਿਆਂਤੇ, ਊਜ਼ੋ ਦੈਲੇ ਲੂਚੀ, ਲਾਈਟਾਂ ਦਾ ਯੂਜ਼, ਲੂਚੀ ਫਾਰੀ ਪ੍ਰੋਤੋਰੀ, ਇੱਕੋ ਗੱਲ ਹੈ, ਲਾਈਟਾਂ ਲਾਈਟਾਂ ਦਾ ਯੂਜ਼ ਆਨਾ ਬਲਿਆਂਤੀ ਦਾ ਹੈ, ਓਬਲੀਗਾਟੋਰੀ ਹੋ, ਓਬਲੀਗਾਟੋਰੀ ਹੋ, ਲਾਈਟਾਂ ਜਗਾਉਣੀਆਂ ਰਾਤ ਨੂੰ। ਅੰਕੇ ਸੇ ਚਾਹੇ ਇਲੂਮੀਨੇਸ਼ਨੇ ਪੂਬਲੀਕਾ, ਪਬਲਿਕ ਲਾਈਟ, ਯਾਨੀ ਕਿ ਲਾਈਟਾਂ ਲੱਗੀਆਂ ਜਿਹੜੀਆਂ ਥੋੜ੍ਹਾ ਸ਼ਹਿਰ ਰੋਡ ਦੇ ਉੱਤੇ, ਚਾਹੇ ਪਬਲਿਕ ਲਾਈਟ ਇਲੂਮੀਨੇਸ਼ਨੇ ਪਬਲੀਕਾ, ਪਬਲਿਕ ਰੋਸ਼ਨੀ ਸੁਫੀਸ਼ੀਐਂਟ ਅਤੇ ਕਾਫੀ ਹੋਵੇ, ਚਾਹੇ ਜਿੰਨੀ ਮਰਜ਼ੀ ਲਾਈਟ ਹੋਵੇ, ਤਾਂ ਤੁਹਾਨੂੰ ਆਨਾ ਬਲਿਆਂਤੀ ਜਗਾਉਣਾ ਓਬਲੀਗਾਟੋਰੀ ਹੈ, ਕਿਉਂਕਿ ਭੁਲੇਖਾ ਬਹੁਤ ਲੱਗਦਾ ਹੁੰਦਾ ਸ਼ਹਿਰ ਦੇ ਵਿੱਚ, ਬੰਦਾ ਲਾਈਟਾਂ ਜਗਾਉਣੀਆਂ ਭੁੱਲ ਜਾਂਦਾ, ਕਿਉਂਕਿ ਲੋਟ ਪਤਾ ਨਹੀਂ ਲੱਗਦਾ ਲਾਈਟ ਜਗਦੀ ਕਿ ਨਹੀਂ ਜਗਦੀ। ਤਾਂ ਤੁਸੀਂ ਰਾਤ ਨੂੰ ਆਪਣਾ ਸਪੀਆ ਚੈੱਕ ਕਰੋ, ਸਪੀਆ ਕਿੱਥੇ ਹੁੰਦਾ? ਡੈਸ਼ਬੋਰਡ ਦੇ ਉੱਪਰ, ਦੇਖੋ ਕਿਹੜੀ ਲਾਈਟ ਜਗਦੀ ਪਈ ਹੈ, ਇੱਥੇ ਦੇਖ ਲਓ, ਜੇ ਕੋਈ ਨਹੀਂ ਜਗ ਰਹੀ ਤਾਂ ਤੁਸੀਂ ਸਮਝ ਲਓ ਭੁੱਲ ਗਏ ਹਾਂ, ਆਪਣੀ ਕਿਹੜੀ ਜਗਾ ਲਓ? ਆਨਾ ਬਲਿਆਂਤੀ ਜਗਾ ਲਓ। ਆਹ ਧੁੰਦ ਦੀ ਮੋਰਲੀ ਹੈ, ਆ ਜਿਹੜੀ ਹਰੇ ਰੰਗ ਦੀ ਇੱਧਰ ਦੂਸਰੇ ਪਾਸੇ ਧੁੰਦ ਵਾਲੀ ਪਿਛਲੀ ਹੈ, ਸਾਨੂੰ ਹੁਣ ਪਤਾ ਲੱਗ ਗਿਆ ਵੀ ਜਗਦੀਆਂ ਪਈਆਂ, ਇਸ ਪੀਏ ਤੋਂ ਪਤਾ ਲੱਗ ਜਾਂਦਾ। ਇਹ ਆਪਣਾ ਹੋ ਗਿਆ ਜੀ, ਚਾਹੇ ਪਬਲਿਕ ਲਾਈਟ ਪੂਰੀ ਹੈਗੀ ਹੈ, ਆਨਾ ਬਲਿਆਂਤੀ ਜਗਾਉਣਾ ਜ਼ਰੂਰੀ ਹੈ। ਹੁਣ ਸਵਾਲ ਕੀ ਆ ਗਿਆ, ਦੁਰਾਂਤੇ ਲਾ ਮਾਰਚਾ ਡਰਾਈਵਿੰਗ ਵੇਲੇ, ਊਜ਼ੋ ਦੈਲੇ ਲੂਚੀ ਆਨਾ ਬਲਿਆਂਤੀ, ਆਨਾ ਬਲਿਆਂਤੀ ਵਧੀਆ ਲਾਈਟਾਂ ਹੁੰਦੀਆਂ, ਉਹਨਾਂ ਦਾ ਯੂਜ਼ ਨੋਨ ਹੈ ਕੌਨਸੈਂਟੀ ਤੋਂ ਅਲਾਊਡ ਨਹੀਂ ਹੈ, ਨੈਲੇ ਕਿੱਥੇ ਅਲਾਊਡ ਨਹੀਂ ਹੈ, ਨੈਲੇ ਗੱਲ ਦੀਏ ਇਲੂਮੀਨਾਤੇ, ਇਲੂਮੀਨਾਤਾ ਮਤਲਬ ਇਲੂਮੀਨੇਸ਼ਨੇ ਤੋਂ ਬਣਿਆ, ਰੋਸ਼ਨੀ ਤੋਂ, ਗੈਲਰੀ ਜਿਹਨਾਂ 'ਚ ਰੋਸ਼ਨੀ ਹੈ, ਜਿਹਨਾਂ 'ਚ ਲਾਈਟਾਂ ਹੈ, ਉਹਦੇ ਵਿੱਚ ਆਨਾ ਬਲਿਆਂਤੀ ਨਹੀਂ ਅਲਾਊਡ ਹੈ। ਆਨਾ ਬਲਿਆਂਤੀ ਤਾਂ ਚਾਹੇ ਤੁਹਾਡੀ ਜਦੋਂ ਮਰਜ਼ੀ ਜਗਾ ਲਓ, ਕੋਈ ਚੱਕਰ ਨਹੀਂ, ਸ਼ਹਿਰ ਦੇ ਵਿੱਚ ਵੀ ਜਗੀ ਜਾਂਦੀ ਹੈ, ਕੋਈ ਚੱਕਰ ਨਹੀਂ ਗਾ, ਦੇਨੇ ਆਨਾ ਬਲਿਆਂਤੀ ਕਹਿੰਦਾ ਅਲਾਊਡ ਨਹੀਂ ਹੈ, ਅਸੀਂ ਕਹਿੰਦੇ ਉੱਥੇ ਜਦੋਂ ਮਰਜ਼ੀ ਜਗਾ ਲਓ, ਫਾਲਸ। ਹੁਣ ਇੱਕ ਵਰਡ ਆਉਣਾ ਅਲਟਰਨਾਟਿਵਾ, ਉਹਦੀ ਥਾਂ 'ਤੇ, ਜਿਹਨੂੰ ਆਪਾਂ ਅਲਟਰਨੇਟਿਵ ਕਹਿ ਦਿੰਦੇ ਹਾਂ, ਵੀ ਉਹ ਨਹੀਂ ਤਾਂ ਫਿਰ ਉਹ ਅਲਟਰਨੇਟਿਵ, ਉਹਦੀ ਥਾਂ 'ਤੇ ਉਹ ਲਾ ਲਿਆ। ਦੁਰਾਂਤੇ ਲਾ ਮਾਰਚਾ ਡਰਾਈਵਿੰਗ ਵੇਲੇ, ਊਜ਼ੋ ਦੈਲੇ ਲੂਚੀ ਦੀ ਪੋਜੀਸੀਓਨ ਨੇ, ਜਿਹੜੀਆਂ ਛੋਟੀ ਛੋਟੀ ਲਾਈਟਾਂ ਹੁੰਦੀਆਂ, ਲਾਈਟਾਂ ਦਾ ਯੂਜ਼ ਕਿਹੜੀਆਂ? ਲੂਚੀ ਦੀ ਪੋਜੀਸੀਓਨ ਦਾ ਐਸੈਂਪਰੇ ਕੌਨਸੈਂਟੀ ਤੋਂ ਹਮੇਸ਼ਾ ਅਲਾਊਡ ਹੈ। ਇਨ ਅਲਟਰਨਾਟਿਵਾ, ਕਿਹਦੀ ਅਲਟਰਨੇਟਿਵ, ਕਿਹਦੀ ਥਾਂ 'ਤੇ? ਕੋਲੇ ਆਨਾ ਬਲਿਆਂਤੀ, ਜੇ ਆਨਾ ਬਲਿਆਂਤੀ ਉਹਦੀ ਥਾਂ 'ਤੇ ਤੁਸੀਂ ਲੂਚੇ ਦੀ ਪੋਜੀਸੀਓਨੇ ਜਗਾ ਲਓ। ਨਹੀਂ, ਲੂਚੇ ਦੀ ਪੋਜੀਸੀਓਨੇ ਹੈਗੀ ਆ ਅਲੱਗ ਚੀਜ਼, ਲੂਚੇ ਦੀ ਪੋਜੀਸ਼ਨ ਆਪਾਂ ਕਿੱਥੇ ਦੇਖੀਆਂ ਸੀ, ਇੱਥੇ ਆਹ ਫੋਟੋ 'ਚ ਦੇਖੀਆਂ ਸੀਗੀਆਂ, ਲੂਚੇ ਦੀ ਪੋਜੀਸੀਓਨੇ ਹੈਗੀਆਂ ਆ ਬਿਲਕੁਲ ਮਾੜੀ ਜਿਹੀ, ਆਨਾ ਬਲਿਆਂਤੀ ਜ਼ਿਆਦਾ ਲੋ ਕਰਦੀਆਂ, ਉਹ ਬੈਟਰੀ ਵੀ ਜ਼ਿਆਦਾ ਖਾਂਦੀਆਂ, ਲੂਚੇ ਦੀ ਪੋਜੀਸੀਓਨੇ ਹੋਰ ਚੀਜ਼ ਹੈ, ਉਹ ਅਲੱਗ ਚੀਜ਼ ਹੈ। ਤਾਂ ਇਹ ਕਹਿੰਦਾ ਉਹਦੀ ਥਾਂ 'ਤੇ ਹਮੇਸ਼ਾ ਅਲਾਊਡ ਹੈ, ਗਲਤ। ਹੁਣ ਕਹਿੰਦਾ ਊਜ਼ੋ ਦੈਲੇ ਲੂਚੀ ਆਨਾ ਬਲਿਆਂਤੀ, ਆਨਾ ਬਲਿਆਂਤੀ ਦਾ ਯੂਜ਼ ਓਬਲੀਗਾਟੋਰੀ ਹੋਇਆ, ਬਿਲਕੁਲ ਓਬਲੀਗਾਟੋਰੀ ਹੋਇਆ। ਕਵਾਂਦੋ ਸੀ ਸੁਰਪਾਸਾ, ਜਦੋਂ ਤੁਸੀਂ ਓਵਰਟੇਕ ਕਰਦੇ ਹਾਂ, ਹੁਣ ਆਤੋ ਦੈਲਾ ਪੋਲੀਸੀਆ, ਪੁਲਿਸ ਦੀ ਗੱਡੀ ਨੂੰ ਓਵਰਟੇਕ ਜੇ ਕਰਨਾ ਨਾ, ਤਾਂ ਲਾਈਟਾਂ ਆਨਾ ਬਲਿਆਂਤੀ ਜਗਾਉਣੀਆਂ, ਇਹਦਾ ਕੋਈ ਮਤਲਬ ਨਹੀਂ ਗਾ। ਜੇ ਸ਼ਹਿਰ ਤੋਂ ਬਾਹਰ ਹੈ ਤਾਂ ਤੁਹਾਡੀ ਵੈਸੇ ਜਗਦੀਆਂ ਹੋਣੀ ਚਾਹੀਦੀਆਂ, ਰਾਤ ਹੈ ਤਾਂ ਵੈਸੇ ਜਗਦੀਆਂ ਹੋਣੀ ਚਾਹੀਦੀਆਂ। ਕਹਿੰਦਾ ਓਵਰਟੇਕ ਕਰਨ ਵੇਲੇ ਲਾਈਟਾਂ ਆਨਾ ਬਲਿਆਂਤੀ, ਇਹ ਕੋਈ ਮਤਲਬ ਨਹੀਂ ਹੈ ਗੱਲ,
हाँ मतलब की देखना सी वो गड्डी जस की देखना पुलिस नु ऑटो नु जो तू करना क्रॉस की देखना है। हाँ उन्होंने देखना है कि ऐसी वो गड्डी सर्विस चाहे कि नहीं है, जो सर्विस चाहे फिर ओवरटेक नहीं कर सकते उन्हें, जो नहीं सर्विस चाहे फिर चाहे जो मर्जी करी ओवरटेक करी चलो पर लिमिट च रह के। तो ये कोई उस गल नहीं सी, तो ये अपना हो गया 763 नंबर। हूँ 764 आ गया था, हूँ बल्लभ आ गया लांपा दे होंगे बल्लभ, बल्लभ जड़े है उमलो गाते होने चाहिए हर चीज़, चाहे हेलमेट है चाहे बेल्ट है चाहे टायर है कुछ भी है सब चीज़ उमलो गातो चाहिए, यानी कि पास होने चाहिए। शायद आप फोटो देखी है ना वो पास होने वाली देखी है स्टिकर जहा लगे हाँ जरा दिखा दिना जी आ देखो आ चीज होंगी उमोलो गातो आ स्टिकर ये साइड से लग्या होगा किसी पास है ना कितने भी स्टिकर जहाँ इदा लग्या होगा स्टिकर लगे जा तारगा जा हो बोर्ड लग्या हो सकता। आ जरा E1 लिखा ना यदा मतलब है ये उमोलो गातो है, ई मतलब यूरोप का हो गया या CE भी लिखा हो सकता है, E1 E2 इदा अलग अलग उन्होंने अपने पैमाने जिदा इंडिया च अपने ISI मार्क कह देना ना उही चीज इतने ई का ये उमोलो गातो हो गया ISI आप कहने हाँ किसी तक कुकर ISI मार्क हाँ मतलब पास होया हुआ टेस्टड है। नो नो उमोलो गातो मतलब आ चीज नहीं लगी हुई है, हेलमेट भी इदा हर चीज आह स्टिकर लग्या होना चाहिए इदा का उही चीज देखते जो चेक करना चाहे तुम पाया भी है सवाल आंदा है कते ने जो संगल होंगे ना टोचे बर्फ वाले उन्हें कहना चाहे तुम पाए है जो नो नो मोलो गाते पाए है ना आ स्टिकर स्टिकर चाहे कबर उपर लग्या हो तो थोड़ा उन्ना ही जुर्माना होगा जिन्ना बिना का जुर्माना होंगे, ये नहीं भी पाए है देसी पाए का थोड़ा घट जुर्माना उन्ना ही जुर्माना ये सवाल आंदा है उन्ना ही जुर्माना जिन्ना बिना से जुर्माना होंगे जो तुम देसी पा ले तो देसी नहीं चलना यह अमोलो गातो है। तो सवाल कितों शुरू है अपना नॉन अमोलो गाते देसी तो कहता सू उन वी कोलो अम तोरे नॉन है कॉन्सेंटी तो नहीं अलाउड यूज करना बल्लभ नॉन अमोलो गाते मतलब पास नहीं हुए यानी कि देसी बल्लभ नहीं अलाउड है सही गल नहीं अलाउड है। हूँ कहता ऊजो दैले लूचे दी पोजिशन है, लूचे दी पोजिशन है जी छोटी छोटी लाइटा होंगी उन्होंने तो बड़ा कोई रोल है ही नहीं, कहता ऊजो दैले लूचे दी पोजिशन है ओबलीगातोरी ओ है दिन उत्ते रात नू कदों दुरांते ला सोचता करना जदों फोरी दल्ला कर जाता फोरी दल्ला कर जाता सोचता करना तो लूचे दी पोजिशन जाना जरूरी है कोई भी लड़ना जाएगा वो शहर जो सड़क तो बाहर ही घटता सड़क के उत्ते करना पैगा तो जे लूचे की सोचता हैगी फिर वो जगा सकते हैं समझे ना गल जरूरी कोई नहीं है लड़ जगानी गलत है तो बैटरी सारी पेर ले लूचे की पोजिशन ने जी लूचे की पोजिशन होंगे ना जो छोटी छोटी लाइटा उसके वास्ते ए पोसीबिले उतीली जारे पोसीबिल है यूज करना लांपा दे बल्लब केड़े क्वाल सीसी कलोरे किसी भी कलर दे नहीं वह बिना कलर तो होंगे कवर का कलर हो सकता है तो कवर जिदे बिच लाइट लगनी अंदर पर किसी भी कलर दे बल्लब नहीं गलत गलत सवाल है बिना कलर वाले ही चलोगे 764 नंबर हो गया। हूँ कहता जी ओबलीगातोरियो है अचेंद्रे जगाना प्रोतोरी लैटा प्रोतोरी फारी लूची तीन वर्ड हो गए लैटा केड़िया आना बलियंती जरूरी है जगाना लैटा आना बलियंती ठीक है जरूरी है अंके की जोर दिने भी जगानी जरूरी है सही है कदों कदों सी ट्रांजिता इन गैलरी है जदों गैलरी चो लंघते सुरंग चो लंघते हाँ तो जगानी ही है शहर तो बहर तो वैसे भी जगानी है गैलरी आ गई तो गैलरी च भी जगती रहूगी हाँ ठीक है अंके की जोर ओबलीगातोरियो अचेंद्रे है लूची डेल वी कोलो गड्डी की लैटा इन काजू की स्कारसा विजिबिलता घट विजिबिलिटी सही है सानू यह भी पता कि आना बलियंती पेर कंडीशन दिल टेंपो टेंपो उथे मौसम हो गया मौसम की कंडीशन नेबी है धुंध नेवे बर्फ प्योजा मी घट विजिबिलिटी होगी जगानिया ओबलीगातोरियो है। फिर कहता जी ओबलीगातोरियो है ठीक है अचेंद्रे जगाना प्रोतोरी लैटा आना बलियंती यह भी ठीक है नैले गैलरीए गैलरीए स्त्रादाली स्त्रा के उपर जी गैलरी है ये भी जाना जरूरी है इन्ना सवाल का ठीक है। कहता सोलो से स्कारसा मेंते इलूमीनाते सिर्फ जे घट स्कारसा मेंते घट स्कारसो तो बनया इलूमीनाते रोशनी जे घट रोशनी है ना सिर्फ ताही लाइट जगानी है जे लाइट पूरी है गैलरी च फिर नहीं जगानी इदन थोड़ी गल है आपां तां पढ़िया चाहे पब्लिक लाइट सफिशियंट होवे लाइट जगानी जगानी है इह सोलो सो इत्थों गलत हो गया 765 नंबर हो गया। हुण आ गया लूचे दी जोरनो दिने किहड़ी जगानी है तां दिने आपां किहड़ी जगानी सीगियां दिने आना बलियंती जगानी है शहर तो बहर थानू पता ही है ना शहर तो बहर आना बलियंती जगानी है जिदा ही लाइट शहर तो बहर निकले या फिर उहदी थां ते
ਨਵੀਆਂ ਗੱਡੀਆਂ 'ਚ ਲੈਡ ਲਾਈਟਾਂ ਹੁੰਦੀਆਂ ਇਦਾਂ ਦੀਆਂ, ਇਹਨੂੰ ਕਹਿੰਦੇ ਲੂਚੇ ਦੀ ਮਾਰਚਾ ਦਿਉਰਨਾ। ਦਿਉਰਨਾ ਮਤਲਬ ਦਿਨੇ। ਅੱਜ ਗਾ ਲਓ ਜੇ ਗੱਡੀ 'ਚ ਆ ਹੈਗੀਆਂ ਤਾਂ, ਜੇ ਆ ਨਹੀਂ ਹੈਗੀਆਂ ਤਾਂ ਫਿਰ ਆ ਨਾ ਬਲਿਆਂਤੀ 'ਚ ਗਾਓ। ਸਮਝ ਗਏ ਨਾ, ਇਹਨੂੰ ਮਾਰਚਾ ਦਿਉਰਨਾ ਕਹਿੰਦੇ ਆ। ਹੁੰਦੀਆਂ ਰਾਤ ਦਿਨੇ ਕਿਹੜਾ ਕੋਈ ਲੋ ਕਰਨੀ ਹੈ, ਸਿਰਫ ਉਹ ਗੱਡੀ ਦਿਖ ਜਾਂਦੀ ਹੈ ਦੂਸਰਿਆਂ ਨੂੰ, ਵਿਜੀਬਿਲਿਟੀ ਉਹਦੀ ਵੱਧ ਜਾਂਦੀ, ਚਮਕ ਜੀ ਪੈਂਦੀ ਆ, ਤਾਂ ਦਿਨ ਵਾਲੀ ਲਾਈਟ 'ਚ ਗੱਲ ਹੋ ਜੇ ਆ ਹੈ ਨਹੀਂ ਤਾਂ ਆ ਨਾ ਬਲਿਆਂਤੀ ਤਾਂ ਹੈ ਹੀ ਆ ਫਿਰ। ਤਾਂ ਯਾਦ ਰੱਖਿਓ, ਇਹ ਸਵਾਲ ਕਰ ਲਈਏ। ਨੈਲੇ ਆਟੋ ਸਤਰਾ ਦੇ, ਇਹ ਸਤਰਾ ਦੇ ਐਕਸਟਰਾ ਉਰਬਾਨ ਨੇ। ਆਟੋ ਸਤਰਾ ਦਾ ਜਾਂ ਸ਼ਹਿਰ ਤੋਂ ਬਾਹਰ ਓਬਲੀਗਾਤੋਰੀ ਉਹ ਹੈ ਅਚੈਂਦਰੇ ਜਗਾ ਲਓ, ਫਾਰੀ ਲੈਟਾਂ, ਫਾਰੀ ਲੂਚੀ ਪ੍ਰੋਇਤੋਰੀ ਲੈਟਾਂ ਜਗਾ ਲਓ। ਕਿਹੜੀਆਂ? ਆਨਾ ਬਲਿਆਂਤੀ, ਅੰਕੇ ਦੀ ਜ਼ੋਰ ਨੂੰ ਦਿਨੇ ਵੀ। ਸਹੀ, ਆਨਾ ਬਲਿਆਂਤੀ, ਸ਼ਹਿਰ ਤੋਂ ਬਾਹਰ ਜ਼ਰੂਰੀ ਹੈ ਜਗਾਉਣਾ ਲੈਟਾਂ, ਆਨਾ ਬਲਿਆਂਤੀ ਦਿਨੇ ਵੀ। ਇਨ ਅਲਟਰਨਾਤੀਵਾ, ਇਹਦੀ ਥਾਂ ਤੇ ਲੂਚੇ ਦੀ ਮਾਰਚ ਹੈ ਦਿਉਰਨਾ ਜਗਾ ਲਓ, ਆਹ ਲੈਡ ਲੈਟਾਂ ਜਿਹੜੀ ਆ ਜਗਾ ਲਓ, ਚਾਹੇ ਜੇ ਹੈਗੀਆਂ ਤਾਂ ਇਹ ਵੀ ਠੀਕ ਹੈ, ਜਾਂ ਉਹ ਜਗਾ ਲਓ ਜਾਂ ਉਹ ਜਗਾ ਲਓ। ਪਰ ਰਾਤ ਨੂੰ ਤਾਂ ਆਨਾ ਬਲਿਆਂਤੀ ਚੱਲੂਗੀਆਂ, ਰਾਤ ਨੂੰ ਜਾਂ ਦਿਉਰਨਾ ਨੇ ਲੈਟ ਨਹੀਂ ਕਰਨੀ, ਸਿਰਫ ਚਮਕ ਜੀ ਮਾਰਨੀ। ਹੁਣ ਕਹਿੰਦਾ ਹੈ ਪਿਰਕੋ ਰੈਂਦੋ ਉਹਨਾਂ ਸਤਰਾ ਦਾ ਐਕਸਟਰਾ ਉਰਬਾਨਾ, ਸ਼ਹਿਰ ਤੋਂ ਬਾਹਰ ਪਿਰਕੋ ਰੈਂਦੋ ਤੈਅ ਕਰ ਰਹੇ ਹਾਂ, ਸ਼ਹਿਰ ਤੋਂ ਬਾਹਰ ਜਾ ਰਹੇ ਹਾਂ। ਦੁਰਾਂਤੇ ਵੇਲੇ ਉਹਨਾਂ ਜੁਰਨਾਤਾ, ਜੁਰਨਾਤਾ ਦਿਨ, ਅਸੋ ਲਾਤਾ ਸੋਲੇ ਨਾਲ ਭਰਿਆ ਹੋਇਆ, ਸੂਰਜ ਚੜਿਆ ਹੋਇਆ, ਧੁੱਪ ਪੂਰੀ ਹੈ, ਧੁੱਪ ਵਾਲਾ ਪੂਰਾ ਦਿਨ ਹੈ, ਜੁਰਨਾਤਾ ਅਸੋ ਲਾਤਾ। ਤਾਂ ਫਿਰ ਕੀ ਹੈ, ਕਹਿੰਦਾ ਸਫੀਸ਼ੀਐਂਟ ਹੈ, ਸਫੀਸ਼ੀਐਂਟ ਹੈ, ਕਾਫੀ ਹੈ ਅਚੈਂਦਰੇ ਜਗਾਉਣਾ ਲੂਚੀ ਦੀ ਪੋਜੀਸ਼ਨ ਨੇ। ਉਹ ਜਿਹੜੀ ਇੱਕ ਲਾਈਟ ਜੀ ਜਗਦੀ ਹੁੰਦੀ, ਛੋਟੀ ਛੋਟੀ ਲਾਈਟਾਂ, ਸ਼ਹਿਰ ਤੋਂ ਬਾਹਰ ਜਦੋਂ ਧੁੱਪ ਪੂਰੀ ਹੈ, ਸਫੀਸ਼ੀਐਂਟ ਹੈ ਲੂਚੀ ਦੀ, ਨਹੀਂ ਲੂਚੀ ਦੀ ਪੋਜੀਸ਼ਨ ਨੇ ਤਾਂ ਮਾੜਾ ਜਿਹਾ ਰੋਲ ਹੈ। ਅਨਾ ਬਲਿਆਂਤੀ ਜ਼ਰੂਰੀ ਹੈ, ਜਾਂ ਫਿਰ ਮਾਰਚਾ ਦਿਉਰਨਾ ਜਗਾਉਣਾ ਪੈਣਾ ਦੇਣੇ ਦਾ। ਇਹ ਕਹਿੰਦਾ ਲੂਚੀ ਦੀ ਪੋਜੀਸ਼ਨ ਹੈ, ਸਰਜੂਗਾ ਨਹੀਂ ਉਹਦੇ ਨਾਲ ਨਹੀਂ ਸਰਨਾ, ਸ਼ਹਿਰ ਤੋਂ ਬਾਹਰ ਜਾਂ ਅਨਾ ਬਲਿਆਂਤੀ ਜਾਂ ਦੇਣਾ। ਪਿਰਕੋ ਰੈਂਦੋ ਤੈਅ ਕਰ ਰਹੇ ਹਾਂ, ਇਸ ਤਰ੍ਹਾਂ ਦਾ ਐਕਸਟਰਾ ਉਰਬਾਨਾ, ਸ਼ਹਿਰ ਤੋਂ ਬਾਹਰ ਓਬਲੀਗਾਤੋਰੀ ਹੋਇਆ, ਸਾਨੂੰ ਪਤਾ ਕੀ ਓਬਲੀਗਾਤੋਰੀ ਹੋ, ਅਨਾ ਬਲਿਆਂਤੀ ਜਾਂ ਫਿਰ ਮਾਰਚਾ ਦਿਉਰਨਾ। ਇਹ ਕਹਿੰਦਾ ਤਨੇਰੇ ਅਚੇਜ਼ੇ ਈ ਪ੍ਰੋਇਤੋਰੀ, ਆਬਾ ਲਿਆਂਤੀ ਵੱਡੀਆਂ ਲੈਟਾਂ, ਆਬਾ ਲਿਆਂਤੀ ਦਾ ਦੂਸਰਾ ਨਾਮ ਹੈਗਾ ਹੈ ਲੂਚੀ ਦੀ ਪ੍ਰੋਫੋਂਦਿਤਾ, ਦੂਰ ਤੱਕ ਪੈਂਦੀਆਂ ਜਿਹੜੀ ਅੱਖਾਂ 'ਚ ਪੈਂਦੀਆਂ, ਜਿਹੜੀਆਂ ਆਬ ਲਿਆਰੇ ਕਰ ਦਿੰਦੀਆਂ ਅੱਖਾਂ 'ਚ ਪੈ ਜਾਂਦੀਆਂ। ਆਬ ਲਿਆਂਤੀ ਕੀ ਕਰਦੀਆਂ? ਆਬ ਲਿਆਰੇ ਕਰਦੀਆਂ। ਸੂਰਜ ਕੀ ਕਰਦਾ ਸਾਨੂੰ ਅੱਖਾਂ 'ਚ ਪੈਂਦਾ ਜਦੋਂ? ਉਹ ਵੀ ਆਬ ਲਿਆਰੇ ਕਰ ਦਿੰਦਾ ਕਈ ਵਾਰ। ਤਾਂ ਆਬ ਲਿਆਂਤੀ ਕੌਣ ਕਰਦਾ? ਆਬ ਲੂਚੀ, ਆਬ ਲਿਆਂਤੀ। ਤਾਂ ਜ਼ਰੂਰੀ ਹੈ ਜਗਦੇ ਰੱਖਣਾ ਲਾਈਟਾਂ, ਆਬ ਲਿਆਂਤੀ ਦੁਰਾਂਤੇ ਲੈ ਉਰੇ ਦੂਰ ਨੇ ਦਿਨੇ, ਆਬ ਲਿਆਂਤੀ ਜਗਾਉਣੀਆਂ ਦਿਨੇ ਨਹੀਂ, ਆਬ ਲਿਆਂਤੀ ਸਿਰਫ ਅਸੀਂ ਉਦੋਂ ਜਗਾਉਣੀਆਂ ਜਦੋਂ ਸਾਹਮਣੋਂ ਕੋਈ ਨਹੀਂ ਆਊਗਾ ਅਤੇ ਪਬਲਿਕ ਲਾਈਟ ਘੱਟ ਹੈ, ਯਾਨੀ ਕਿ ਹਨੇਰਾ ਹੈ, ਸਾਹਮਣੋਂ ਕੋਈ ਨਹੀਂ ਆਉਂਦਾ, ਉਦੋਂ ਹੀ ਆਬ ਲਿਆਂਤੀ ਜਗਾ ਸਕਦੇ ਹਾਂ। ਜਾਂ ਇੱਕ ਸੀਗਾ ਚੇਤਾਵਨੀ ਪੜ੍ਹਿਆ ਆਪਾਂ, ਕੋਈ ਕਿਸੇ ਨੂੰ ਪ੍ਰੋਬਲਮ ਹੋਵੇ ਨਾ, ਮੰਨ ਲਓ ਤੁਹਾਡੀ ਲਾਈਟਾਂ ਨਹੀਂ ਜਗਦੀਆਂ ਵੀ, ਤੁਸੀਂ ਰਾਤ ਨੂੰ ਤੁਰੇ ਹਾਂ, ਲਾਈਟ ਹੈਗੀ ਸ਼ਹਿਰ ਦੇ ਵਿੱਚ, ਤਾਂ ਦੂਸਰੇ ਤਾਕਸੀ ਕੀ ਫਰਜ਼ ਬਣਦਾ ਹੈ ਦੂਸਰੀ ਗੱਡੀ ਵਾਲੇ ਦਾ? ਉਹ ਆਬ ਲਿਆਂਤੀ ਦਾ ਇਸ਼ਾਰਾ ਜਿਹਾ ਮਾਰੂਗਾ, ਵੱਡੀਆਂ ਲਾਈਟਾਂ ਡਿੱਪਰ ਜਿਹਾ ਮਾਰੂਗਾ, ਤੁਹਾਨੂੰ ਪਤਾ ਲੱਗ ਜੂਗਾ ਵੀ ਕੋਈ ਪ੍ਰੋਬਲਮ ਹੈ। ਤਾਂ ਚੇਤਾਵਨੀ ਦੇਣ ਵਾਸਤੇ ਵੀ ਆਬ ਲਿਆਂਤੀ ਵਰਤ ਸਕਦੇ ਹਾਂ, ਜਾਂ ਸ਼ਹਿਰ ਤੋਂ ਬਾਹਰ ਜਦੋਂ ਸਾਹਮਣੋਂ ਕੋਈ ਨਹੀਂ ਆਉਂਦਾ। ਆਬ ਲਿਆਂਤੀ ਦਾ ਪਤਾ ਲੱਗ ਗਿਆ ਹੁਣ, 766 ਨੰਬਰ ਹੋ ਗਿਆ ਪੂਰਾ। ਹਾਂਜੀ, 766 ਹੋ ਗਿਆ, ਅਤੇ ਹੁਣ ਆਪਾਂ ਬਾਕੀ 767 ਕੱਲ੍ਹ ਨੂੰ ਕਰਾਂਗੇ। ਅਤੇ ਬਾਕੀ ਠੀਕ ਹੈ ਜੀ, ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਧੰਨਵਾਦ, ਅਤੇ ਠੀਕ ਹੈ, ਕਮੈਂਟ ਵੀ ਤੁਹਾਡੇ ਵਧੀਆ ਆਉਂਦੇ ਆ, ਚਲੋ ਇਹਦੇ ਨਾਲ ਹੌਸਲਾ ਵੀ ਮਿਲਦਾ ਕਰਨ ਦਾ ਕੰਮ, ਅਤੇ ਬਹੁਤ ਵਧੀਆ, ਮਿਹਨਤ ਕਰੋ। ਅਤੇ ਬਾਕੀ ਜੇ ਕੋਈ ਪ੍ਰੋਬਲਮ ਹੋਵੇ ਤੁਹਾਨੂੰ, ਸਵਾਲ ਵੈਸੇ ਚਲੋ ਕਮੈਂਟ 'ਚ ਵੀ ਲਿਖ ਦਿੰਦਾ, ਜੇ ਕੋਈ ਸਵਾਲ ਇੱਦਾਂ ਦਾ ਕਿਉਂਕਿ ਲਿਖਣਾ ਔਖਾ ਹੋ ਜਾਂਦਾ ਹੈਗਾ, ਤਾਂ ਤੁਸੀਂ ਵਟਸਐਪ 'ਤੇ ਨੰਬਰ ਮੇਰਾ ਹੈਗਾ, ਉਹਦੇ ਵਿੱਚ ਫੋਟੋ ਇੱਕ ਸਕਰੀਨਸ਼ੋਟ ਲੈ ਕੇ 2-3 ਸਵਾਲ ਪਾ ਸਕਦੇ ਹਾਂ, ਉਹਦਾ ਮੈਂ ਜਿੱਦਾਂ ਹੀ ਟਾਈਮ ਲੱਗੂ ਜਵਾਬ ਦੇ ਦਿੰਦਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।